ਹਾਂਜੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਸਿੱਧੂ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੇ ਪੀਟ੍ਰੀਐਸਪੀ ਪੇਪਰ ਕੰਡਕਟ ਕਰਾ ਰਿਹਾ ਕਲਰਕ ਦੇ ਉਹਨਾਂ ਦੇ ਪ੍ਰੀਵੀਅਸ ਈਅਰ ਕੁਐਸਚਨ ਡਿਸਕਸ ਕਰਾਂਗੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਪੇਪਰ ਆ ਰਹੇ ਨੇ ਕਲਰਕ ਦੇ ਹਨਾ ਜਿਹੜੇ ਕਿ ਪੀਟ੍ਰੀਐਸਪੀ ਨੇ ਕੰਡਕਟ ਕਰਾਉਣੇ ਨੇ ਸੋ ਇੱਕ ਹੁਣੀ ਪੇਪਰ ਆ ਰਿਹਾ ਹੈ 11ਵੇਂ ਮਹੀਨੇ ਦੇ ਵਿੱਚ 19 ਤਰੀਕ ਨੂੰ ਕਲਰਕ ਅਕਾਊਂਟਸ ਦਾ ਹਨਾ ਫਿਰ ਇਸ ਤੋਂ ਬਾਅਦ ਆਉਣਾ ਆਪਣੇ ਕੋਲੇ 12ਵੇਂ ਮਹੀਨੇ ਦੇ ਵਿੱਚ 4 ਤਰੀਕ ਨੂੰ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਤੇ ਫਿਰ ਹੁਣ ਇੱਕ ਕਲਰਕ ਲੀਗਲ ਦਾ ਇਹ ਹੁਣ ਆਪਣੇ ਕੋਲ ਇਹ ਵੀ 12ਵੇਂ ਮਹੀਨੇ 'ਚ ਹੀ ਆਊਗਾ ਦਸੰਬਰ ਦੇ ਵਿੱਚ ਹੈਨਾ ਤੇ ਫਿਰ 15 ਜਨਵਰੀ ਨੂੰ ਇੱਕ ਕਲਰਕ ਦਾ ਹੋਰ ਪੇਪਰ ਆ ਰਿਹਾ ਠੀਕ ਹੈ ਇਹ ਇਹ ਤਾਂ ਚਲੋ ਕੰਡਕਟ ਕਰਾ ਰਿਹਾ ਪੀਟ ਪਲੱਸ ਵੀ ਪੇਪਰ ਤੇ ਇਸ ਤੋਂ ਬਿਨਾਂ ਜਿਵੇਂ ਕੋਈ ਆਪਾਂ ਕੋਈ ਬੈਂਕ ਦਾ ਪੇਪਰ ਆ ਗਿਆ ਜਿਵੇਂ ਪੰਜਾਬ ਕੋਆਪਰੇਟਿਵ ਬੈਂਕ ਦਾ ਕਲਰਕ ਦਾ ਕਲੈਰੀਕਲ ਦੀਆਂ ਜਿੰਨੀਆਂ ਵੀ ਜੌਬਸ ਨੇ ਜਿਹਦੇ ਵਿੱਚ ਕੰਪਿਊਟਰ ਆਉਂਦਾ ਉਹ ਸਾਰਾ ਪੋਰਸ਼ਨ ਆਪਾਂ ਕਵਰ ਕਰਾਂਗੇ ਠੀਕ ਹੈ ਸੋ ਇਸ ਵੀਡੀਓ ਦੇ ਵਿੱਚ ਆਪਾਂ ਪੁਰਾਣੇ ਕੁਐਸ਼ਨ ਡਿਸਕਸ ਕਰਾਂਗੇ ਬਾਕੀ ਦੇ ਜਿੰਨੇ ਵੀ ਪੇਪਰ ਹੋਏ ਨੇ ਹੁਣ ਹੁਣ ਤੱਕ ਪੰਜਾਬ ਦੇ ਵਿੱਚ ਸਾਰਿਆਂ ਦੇ ਆਪਾਂ ਕੱਲਾ ਕੱਲਾ ਕੁਐਸ਼ਨ ਡਿਸਕਸ ਕਰਾਂਗੇ ਠੀਕ ਹੈ ਸੋਨੂੰ ਕੰਪਿਊਟਰ ਮੈਂ ਕਰਵਾਉਂਗਾ ਕੋਈ ਤੁਹਾਨੂੰ ਪੇਡ ਕੋਰਸ ਲੈਣ ਦੀ ਲੋੜ ਨਹੀਂ ਕਿ ਬੱਚਿਆਂ ਦੇ ਮੈਨੂੰ ਬਹੁਤ ਮੈਸੇਜ ਆਉਂਦੇ ਆ ਕਿ 1000 ਰੁਪਿਆ ਲੈ ਲਿਆ ਜੀ ਉਹਨਾਂ ਨੇ ਨੋਟਸਾਂ ਦਾ 500 ਲੈ ਲਿਆ ਕੋਈ ਵੀ ਤੁਹਾਨੂੰ ਕੋਰਸ ਖਰੀਦਣ ਦੀ ਲੋੜ ਨਹੀਂ ਨੋਟਸ ਮੈਥ ਨੂੰ ਫ੍ਰੀ ਨੋਟਸ ਪ੍ਰੋਵਾਈਡ ਕਰਾਉਂਗਾ ਤੁਸੀਂ ਮੈਨੂੰ ਇੱਕ ਕੰਮ ਕਰਨਾ ਹੈ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਥਡ ਕੀ ਹੈ ਤੁਸੀਂ ਮੈਨੂੰ ਇੰਸਟਾਗ੍ਰam ਤੇ ਜਾ ਕੇ ਮ ਤੇ ਉੱਥੇ ਮੈਂ ਤੁਹਾਨੂੰ WhatsApp ਨੰਬਰ ਦੇ ਦੂੰਗਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਬਸ ਤੁਸੀਂ ਸਿਰਫ ਆਪਣਾ ਨਾਮ ਦੱਸ ਦਿਓ ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿਹੜਾ ਪੇਪਰ ਦੇਣਾ ਇਹ ਤਿੰਨ ਚੀਜ਼ਾਂ ਦੱਸ ਦਿਓ ਮੈਂ ਤੁਹਾਨੂੰ ਨੋਟਸ ਦੇ ਦੂੰਗਾ ਠੀਕ ਹੈ ਸੋ ਕੋਈ ਵੀ ਮਟੀਰੀਅਲ ਪੇਡ ਖਰੀਦਣ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਬੰਦੇ ਪੇਡ ਕੀਤਾ ਹੋਇਆ ਬਟ ਆਪਾਂ ਪੇਡ ਵਾਲਾ ਕੰਮ ਨਹੀਂ ਚੱਲਣ ਦੇਣਾ ਠੀਕ ਹੈ ਮਿਹਨਤ ਹੈ ਅਗਲੇ ਦੀ ਮੈਂ ਬੁਰਾ ਨਹੀਂ ਕਹਿੰਦਾ ਕਿਸੇ ਨੂੰ ਵੀ ਬੰਦੇ ਕਿਉਂ ਪੇਡ ਕਰ ਰਹੇ ਨੇ ਠੀਕ ਹੈ ਪਰ ਇਹ ਹੈ ਵੀ ਤੁਸੀਂ ਮਿਹਨਤ ਤਾਂ ਕਰਵਾ ਮਿਹਨਤ ਤਾਂ ਕਰੋ ਨਾ ਜਿਹੜਾ ਬੱਚੇ ਨੂੰ 1000 ਰੁਪਏ ਦਾ ਕੰਟੈਂਟ ਦੇ ਰਹੇ ਹੋ ਜਾਂ 500 ਦਾ ਦੇ ਰਹੇ ਹੋ ਤਾਂ ਇਹ ਤਾਂ ਹੋਵੇ ਨਾ ਵੀ ਪੇਪਰ ਬੱਚੇ ਨੂੰ ਉਹਦੇ ਚ ਆਵੇ ਠੀਕ ਹੈ ਐਵੇਂ ਵੀਡੀਓ ਬਣਾ ਕੇ ਪਾ ਕੇ YouTube ਤੇ ਲੋਕ ਕਰ ਦੇਣੀਆਂ ਲਿੰਕ ਭੇਜ ਦੇਣਾ ਇਹ ਕੋਈ ਠੀਕ ਗੱਲ ਨਹੀਂ ਹੈ ਠੀਕ ਹੈ ਸੋ ਤੁਸੀਂ ਜੁੜੇ ਰਹੋ ਇਹ ਪੇਪਰਾਂ ਦੇ ਲਈ ਆਪਾਂ ਆਲਰੇਡੀ ਸਟਾਰਟ ਕੀਤਾ ਹੋਇਆ Ptrpsb ਗ੍ਰੈਂਡ ਸੀਰੀਜ਼ ICT ਐਂਡ ਕੰਪਿਊਟਰ ਇਹ ਆਲਰੇਡੀ ਆਪਣੇ ਚੈਨਲ ਤੇ ਅਵੇਲੇਬਲ ਹੈ ਇਹ ਪਲੇਲਿਸਟ ਦਾ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਤੁਸੀਂ ਚਾਹੇ ਕੋਈ ਵੀ ਪੇਪਰ ਦੇਣਾ ਤੁਸੀਂ ਅੱਜ ਤੋਂ ਹੀ ਜਾ ਕੇ ਇਸ ਨੂੰ ਸੀਰੀਜ਼ ਨੂੰ ਦੇਖਣਾ ਸਟਾਰਟ ਕਰ ਦਿਓ ਇਹਦੇ ਵਿੱਚ ਕੀ ਹੈ ਚੈਪਟਰ ਵਾਈਜ਼ ਤੁਹਾਨੂੰ ਪ੍ਰੀਵੀਅਸ ਇਅਰ ਕੁਐਸਚਨ ਮਿਲਣਗੇ ਜਿੰਨੇ ਵੀ ਆਪਣੇ ਹੁਣ ਤੱਕ ਕੁਐਸਚਨ ਪੁੱਛੇ ਜਾਂਦੇ ਨੇ ਚਾਹੇ ਉਹ ਪੀਟਰਪਲੱਸ ਵੀ ਲੈ ਰਿਹਾ ਹੈ ਚਾਹੇ ਉਹ ਪੀਪੀਐਸਸੀ ਲੈ ਰਿਹਾ ਹੈ ਚਾਹੇ ਕੋਈ ਹੋਰ ਬਾਡੀ ਜਿਵੇਂ TCS ਅਨਲਾਈਜ਼ੀ ਪੰਜਾਬ ਪੁਲਿਸ ਦੇ ਉਹਦੇ ਵਿੱਚ ਵੀ ਆਪਾਂ ਪ੍ਰੀਵੀਅਸ ਕੁਐਸਚਨ ਹੀ ਕੀਤੇ ਸੀਗੇ ਸੋ ਸਟੂਡੈਂਟ ਦਾ 90 ਤੋਂ 95 ਜਿਹੜਾ ਸਿਲੇਬਸ ਹੀ ਸਾਰਾ ਕਵਰ ਕਰਵਾਇਆ ਸੀ ਆਪਾਂ ਤੇ ਬਹੁਤ ਸਾਰੇ ਤੁਹਾਡੇ ਕਮੈਂਟ ਵੀ ਆਏ ਸੀਗੇ ਵੀ ਸਾਰੇ ਕੁਐਸਚਨ ਸੋਲਵ ਹੋਏ ਸੀ ਠੀਕ ਹੈ ਸੋ ਚੈਪਟਰ ਵਾਈਜ਼ ਉਸੇ ਸਕਸੈਸ ਨੂੰ ਦੇਖਦੇ ਹੋਏ ਹੀ ਆਪਾਂ ਸਾਰੇ ਕੁਐਸਚਨਾਂ ਨੂੰ ਚੈਪਟਰ ਵਾਈਜ਼ ਦਾ ਚਲੋ ਆਪਣਾ ਪਹਿਲਾ ਹੋਈ ਸੀਗਾ ਇੱਕ ਆਪਾਂ ਨਵੀਂ ਅਪਰੋਚ ਲੈ ਕੇ ਆਇਆ ਹੈ ਲੈਵਲ ਵਾਈਜ਼ ਜਿਹਦੇ ਵਿੱਚ ਆਪਾਂ ਕਰਦੇ ਹੁੰਦੇ ਹੁਣੇ ਕਿ ਲੈਵਲ 1 ਬੇਸਿਕ ਲੈਵਲ ਲੈਵਲ 2 ਮੀਡੀਅਮ ਲੈਵਲ ਤੇ ਲੈਵਲ 3 ਹਾਰਡ ਲੈਵਲ ਤਾਂ ਚਾਹੇ ਪੀਟ੍ਰ ਪਲੱਸ ਬੀ ਦਾ ਕਲੈਰੀਕਲ ਦਾ ਐਗਜ਼ਾਮ ਆ ਚਾਹੇ ਜਿਵੇਂ ਫੋਰੈਸਟ ਗਾਰਡ ਦਾ ਚਾਹੇ ਐਕਸਾਈਜ਼ ਇਨਸਪੈਕਟਰ ਦਾ ਉਹਦੇ ਲਈ ਲੈਵਲ 1 ਤੇ ਲੈਵਲ 2 ਦੇ ਵਿੱਚ ਮੈਂ ਕੁਐਸਚਨ ਰੱਖੇ ਨੇ ਦੋਨੋਂ ਸਫੀਸ਼ੀਐਂਟ ਨੇ ਜੇ ਕੋਈ ਹੋਰ ਪੇਪਰ ਕੋਈ ਆਊਗਾ ਉਸ ਦੇ ਵਿੱਚ ਆਪਾਂ ਲੈਵਲ 3 ਦੇ ਥੋੜੇ ਟਫ ਕੁਸ਼ਨ ਵੀ ਕਰਵਾਵਾਂਗੇ ਠੀਕ ਹੈ ਸੋ ਇਹਨਾਂ ਚੀਜ਼ਾਂ ਜੇ ਤੁਸੀਂ ਇਹ ਸਾਰੇ ਕੁਸ਼ਨ ਕਰ ਲਏ ਨਾ ਜੋ ਬਾਹਰ ਕੁਝ ਵੀ ਨਹੀਂ ਆਊਗਾ ਤੁਹਾਨੂੰ ਇੱਕ ਆਪਾਂ ਮੈਰਾਥਨ ਵੀ ਕਰਾਇਆ ਕਰਾਂਗੇ ਪੇਪਰ ਤੋਂ ਪਹਿਲਾਂ ਆਲਰੇਡੀ ਆਪਣੀਆਂ ਪੀਟ ਰਿਪਲਸਬੀ ਦੀਆਂ ਮੈਰਾਥਨ ਚੱਲ ਹੀ ਰਹੀਆਂ ਆ ਪਾਰਟ 1 ਆਪਾਂ ਅਪਲੋਡ ਕਰ ਚੁੱਕੇ ਆ ਸੋ ਪਾਰਟ 2 ਤੇ 3 ਆਉਣ ਵਾਲੇ ਸਮੇਂ 'ਚ ਜਲਦੀ ਹੀ ਜਿਹੜੇ ਪੇਪਰ ਆ ਰਹੇ ਨੇ ਫੋਰੈਸਟ ਗਾਰਡ ਤੋਂ ਪਹਿਲਾਂ ਪਾਰਟ 2 ਬਣਾਵਾਂਗੇ ਫਿਰ ਜਿਹੜਾ ਕਲਰਕ ਦਾ ਆਊਗਾ ਉੱਥੇ ਪਾਰਟ 3 ਬਣਾਵਾਂਗੇ ਆਪਾਂ ਕੋਸ਼ਿਸ਼ ਕਰਾਂਗੇ ਠ ਸੋ ਇਹੇ ਕੁਐਸਚਨ ਤੁਸੀਂ ਨਾਲ ਜੁੜੇ ਰਹੋ ਸਾਰਾ ਕੰਟੈਂਟ ਤੁਹਾਨੂੰ ਉਸ ਨੋਟਸ ਵਿੱਚ ਫ੍ਰੀ ਦਊਂਗਾ ਤੇ ਵੀਡੀਓ ਵੀ ਜਿਹੜੇ ਟੌਪਿਕ ਤੇ ਕਹੋਗੇ ਉਹਦੇ ਤੇ ਆਪਾਂ ਬਣਾਵਾਂਗੇ ਵੈਸੇ ਮੈਨੂੰ ਪ੍ਰੀਵੀਅਸ ਇਅਰ ਕੁਐਸਚਨ ਦੀ ਪੀਡੀਐਫ ਜ਼ਰੂਰ ਭੇਜਦੇ ਆ ਕਰੋ ਠੀਕ ਹੈ ਵੈਸੇ ਮੇਰੇ ਕੋਲੇ ਕਾਫੀ ਹੈਗੀਆਂ ਨੇ ਮੈਨੂੰ ਕਾਫੀ ਸਟੂਡੈਂਟਸ ਨੇ ਭੇਜੀਆਂ ਵੀ ਨੇ ਪਰ ਜੇ ਤੁਹਾਡੇ ਕੋਲੇ ਹੈ ਤਾਂ ਕੰਮ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਕੋਈ ਟੌਪਿਕ ਤੁਹਾਨੂੰ ਲੱਗਦਾ ਵੈਸੇ ਤਾਂ ਆਪਾਂ ਐਨਾਲਿਸਿਸ ਕਰਾਂਗੇ ਕੋਈ ਟੌਪਿਕ ਆਪਾਂ ਛੱਡਾਂਗੇ ਨਹੀਂ ਪਰ ਫਿਰ ਵੀ ਜੇ ਤੁਸੀਂ ਕਹੋਗੇ ਤਾਂ ਮੈਂ ਕਰਵਾਉਂਗਾ ਠੀਕ ਹੈ ਪਰ ਪੇਡ ਫਰੀ ਦਾ ਕੰਮ ਰੱਖਾਂਗੇ ਆਪਾਂ ਠੀਕ ਹੈ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਦੇ ਆਂ ਪੀਟ੍ਰਬਲਸ ਬੀ ਕਲਰਕ ਦਾ ਜੋ ਪੇਪਰ ਹੋਇਆ ਸੀ 2018 ਦੇ ਵਿੱਚ ਬਹੁਤ ਸੌਖੇ ਕੁਐਸਚਨ ਪੁੱਛੇ ਜਾਂਦੇ ਨੇ ਤੇ 10 ਤੋਂ 12 15 ਨੰਬਰ ਦਾ ਕਈ ਵਾਰੀ 10 ਨੰਬਰ ਦਾ ਕਹਿੰਗੇ ਇੱਕ ਅੱਧਾ ਵੱਧ ਪਾਉਂਦਾ ਕਦੇ ਘੱਟ ਪਾਉਂਦਾ ਪੇਪਰ ਠੀਕ ਹੈ ਸੋ ਆਪਾਂ ਪਹਿਲਾ ਕੁਐਸਚਨ ਦੇਖਦੇ ਆਂ ਵਿੱਚ ਉਹਦੀ ਫੋਲੋਇੰਗ ਫਾਰਮੂਲਾ ਇਨ ਐਕਸਲ ਇਜ਼ ਕਰੈਕਟ ਟੂ ਫਾਈਂਡ ਸਮ ਆਫ ਸੈਲ ਬੀ1 ਬੀ2 ਬੀ3 ਐਕਸਲ ਦੇ ਵਿੱਚ ਸਾਂ ਸੈੱਲ ਨੇ B1 B2 B3 ਕਿਹੜਾ ਫਾਰਮੂਲਾ ਕਰੈਕਟ ਹੈ ਸੈਮੀਕੋਲਨ ਨਹੀਂ ਹੁੰਦਾ ਰੇਂਜ ਨੂੰ ਡਿਫਾਈਨ ਕਰਨ ਦੇ ਲਈ ਕੋਮਾ ਵੀ ਨਹੀਂ ਹੁੰਦਾ ਹਨ ਤੇ ਮਾਈਨਸ ਜਾਂ ਡੈਸ਼ ਵੀ ਨਹੀਂ ਹੁੰਦਾ ਤਾਂ ਆਨਸਰ C ਹੈ ਸੈਮੀਕੋਲਨ ਕਈ ਵਾਰੀ ਉਹਨੇ ਸਿੱਧਾ ਵੀ ਕੁਐਸਚਨ ਪੁੱਛਿਆ ਹੋਇਆ ਆਪਾਂ ਸੀਰੀਜ਼ ਦੇ ਵਿੱਚ ਡਿਸਕਸ ਕੀਤਾ ਵੀ ਹੋਇਆ ਜਿਹੜੀ ਆਪਣੀ ਆਫਿਸ ਪ੍ਰੋਡਕਟਿਵਿਟੀ ਟੂਲ ਦੀ ਸੀਰੀਜ਼ ਆ ਉਹਦੀ ਵੀ ਮੈਂ ਪਲੇਲਿਸਟ ਥੱਲੇ ਡਿਸਪਲੇ ਕਰ ਦੇਣਾ ਕਿਉਂਕਿ ਉਹਦੇ ਚ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ ਐਕਸਲ ਵਰਡ ਤੇ ਪਾਵਰਪੁਆਇੰਟ ਦੇ ਵਿੱਚ ਤੇ ਕਲੈਰੀਕਲ ਦੇ ਵਿੱਚ ਤਾਂ ਪੁੱਛੇ ਹੀ ਜਾਣਗੇ ਕਿਉਂਕਿ ਇਸ ਇਨਾ ਕਮਾਂ ਦੇ ਇਹਨਾਂ ਦੀ ਤੁਸੀਂ ਜ਼ਿਆਦਾ ਕੰਮ ਕਰਨਾ ਹੁੰਦਾ ਜਿੱਥੇ ਸਿਲੈਕਟ ਹੋ ਜਾਓਗੇ ਹਨਾ ਕਲਰਕ ਦੇ ਵਿੱਚ ਇਹੀ ਕੰਮ ਕਰਨਾ ਤੁਸੀਂ ਐਕਸਲ ਵਰਡ ਪਾਵਰਪੁਆਇੰਟ ਹਨਾ ਸੋ ਆਫਿਸ ਪ੍ਰੋਡਕਟਿਵਿਟੀ ਆਫਿਸ ਪ੍ਰੋਡਕਟਿਵਿਟੀ ਟੂਲ ਤੇ ਆਪਣੀ ਇੱਕ ਪਲੇਲਿਸਟ ਹੈ ਜਿਹਦੇ ਵਿੱਚ 15 ਤੋਂ 20 ਮਿੰਟ ਦੀਆਂ 8 ਵੀਡੀਓ ਨੇ 7 ਵੀਡੀਓ ਨੇ 8ਵੀਂ ਵੀਡੀਓ ਹੈਗੀ ਐਬ੍ਰੀਵੀਏਸ਼ਨ ਤੇ ਉਹ ਤੁਸੀਂ ਜ਼ਰੂਰ ਜਾ ਕੇ ਦੇਖਿਓ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਠੀਕ ਹੈ ਸੋ ਇਹਦਾ ਸੀ ਆਨਸਰ ਹੈ ਆਪਣੇ ਕੋਲ ਇਹ ਦੇਖੋ ਜਿਵੇਂ b1 b ਕਾਲਮ ਹੈ B1 B2 B3 ਕਈ ਵਾਰੀ ਇਹ ਕੁਐਸਚਨ ਵੀ ਪੁੱਛ ਲੈਂਦਾ ਜਿਹੜੀ ਰੋ ਹੈ ਆ ਦੇਖੋ ਆ ਰੋ ਹੈ ਇੱਥੋਂ ਲੈ ਕੇ ਇਹਨੂੰ ਆਪਾਂ ਰੋ ਬੋਲਦੇ ਆ ਰੋ ਨੂੰ ਕਾਹਦੇ ਨਾਲ ਰਿਪਰੈਜ਼ੈਂਟ ਕਰਦਾ ਹੈ 1 2 3 4 5 ਦੇ ਨਾਲ ਤੇ ਕਾਲਮ ਨੂੰ ਕਾਹਦੇ ਨਾਲ ਰਿਪਰੈਜ਼ੈਂਟ ਕਰਦਾ ਹੈ ABCDEF ਦੇ ਨਾਲ ਠੀਕ ਹੈ ਜਦੋਂ ਜਾ ਕੇ Z ਖਤਮ ਹੋ ਗਿਆ ਫਿਰ Z ਤੋਂ ਬਾਅਦ ਕੀ ਹੋਊਗਾ ਫਿਰ AA AB AC ਐਂ ਕਰਕੇ ਜਦੋਂ ਐਂਡ ਹੋ ਗਿਆ AZ ਫਿਰ ਚੱਲ ਪੂਗਾ BA BB BC ਜਿਹਨੂੰ BZ ਤੇ ਖਤਮ ਹੋ ਗਿਆ ਫਿਰ ਚੱਲ ਪੂਗਾ C ਇਹ ਇਸ ਤਰ੍ਹਾਂ ਕਰਕੇ ਤਾਂ ਰੋ ਦੇ ਲਈ ਆਪਣੇ ਕੋਲੇ 1 2 3 ਹੈ ਤੇ ਕਾਲਮ ਦੇ ਲਈ ਆਪਣੇ ਕੋਲੇ ਕੀ ਹੈਗਾ ABC ਹੈ ਤੇ ਕਿੰਨੀਆਂ ਮੈਕਸਿਮਮ ਰੋ ਹੋ ਸਕਦੀਆਂ ਕਿੰਨੇ ਕਾਲਮ ਹੋ ਸਕਦੇ ਨੇ ਇਹ ਆਪਾਂ ਆਫਿਸ ਪ੍ਰੋਡਕਟਿਵਿਟੀ ਟੂਲ ਵਾਲੀ ਜਿਹੜੀ ਆਪਣੀ ਸੀਰੀਜ਼ ਆ ਉਹਦੇ ਵਿੱਚ ਮੈਂ ਡਿਟੇਲ ਦੇ ਵਿੱਚ ਕੱਲੀ-ਕੱਲੀ ਗੱਲ ਕਰਾਈ ਹੋਈ ਹੈ ਸੋ ਤੁਸੀਂ ਦੇਖਿਓ ਤੇ ਤੁਹਾਨੂੰ ਕਲੀਅਰ ਹੋ ਜਾਊਗਾ ਠੀਕ ਹੈ ਸੋ ਇੱਥੇ ਤਾਂ ਫਿਰ ਵੀਡੀਓ ਲੰਬੀ ਹੋ ਜੂਗੀ ਜ਼ਿਆਦਾ ਨਹੀਂ ਆਪਾਂ ਕਰਾਂਗੇ ਅਗਲਾ ਕਹਿੰਦਾ Google Android is a an ਕਹਿੰਦਾ Google Android ਕੀ ਹੈ Google Android ਪਤਾ ਹੀ ਆਪਾਂ ਨੂੰ অপারেটিং ਸਿਸਟਮ ਹੈ ਸੀ ਆਨਸਰ ਹੈ ਠੀਕ ਹੈ ਕਿਹੜੇ-ਕਿਹੜੇ অপারেটিং ਸਿਸਟਮ ਨੇ ਇਹ ਆਪਾਂ ਚੌਥਾ ਚੈਪਟਰ ਦੇ ਵਿੱਚ ਮੈਂ ਚੰਗੀ ਤਰ੍ਹਾਂ ਡਿਟੇਲ ਚ ਕਰਾਇਆ ਹੋਆ ਵੀ ਕਿਹੜਾ অপারেটিং ਸਿਸਟਮ ਕਦੋਂ ਆਇਆ ਇਹ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ ਮੈਂ ਤੁਹਾਨੂੰ ਹਵਾਲਾ ਦੇ ਰਿਹਾ ਵੀ ਆਪਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਹੋਈਆਂ ਨੇ ਸੋ ਮੋਬਾਈਲ অপারেটিং ਸਿਸਟਮ ਕਿਹੜੇ ਨੇ ਜਿਵੇਂ Android iOS Symbian ਹੈ ਬਾਬਾ Windows mobile phone ਹੈ ਆਹੀ ਉਹਨੇ ਪੁੱਛਿਆ ਸੀ Android ਠੀਕ ਹੈ ਸੋ ਫਿਰ ਇਹਦਾ ਆਨਸਰ ਸੀਗਾ ਸੀ ਆਨਸਰ ਬ੍ਰੀਟਿੰਗ ਸਿਸਟਮ ਅਗਲਾ ਕੁਐਸਚਨ ਹੈ ਕਹਿੰਦਾ ਵਾਟ ਇਜ਼ ਦੀ ਨੇਮ ਆਫ ਦੀ ਡਾਇਗਨੋਸਟਿਕ ਟੈਸਟਿੰਗ ਸੀਕੁਐਂਸ ਕੈਰੀਡ ਆਊਟ ਡਿਊਰਿੰਗ ਬੂਟਿੰਗ ਥੈਟ ਐਗਜ਼ਾਮਿਨ ਦੀ ਸਿਸਟਮ ਹਾਰਡਵੇਅਰ ਟੂ ਮੇਕ ਸ਼ੋਰ एवरीथिंग ਇਜ਼ ਫੰਕਸ਼ਨਿੰਗ ਪ੍ਰੋਪਰਲੀ ਪ੍ਰੋਪਰਟੀ ਨਹੀਂ ਆਉਣਾ ਸੀ ਫੰਕਸ਼ਨਿੰਗ ਪ੍ਰੋਪਰਲੀ ਇਹ ਆਉਣਾ ਸੀ ਕਹਿੰਦਾ ਉਹ ਵਾਲਾ ਕਿਹੜਾ ਸੀਕੁਐਂਸ ਹੈ ਬੂਟ ਸੀਕੁਐਂਸ ਹੈ ਜਿਹਦੇ ਵਿੱਚ ਅਸੀਂ ਇਹ ਚੈੱਕ ਕਰਦੇ ਆ ਕਿ ਸਾਰਾ ਕੁਝ ਠੀਕ ਕੰਮ ਕਰ ਰਿਹਾ ਠੀਕ ਹੈ ਤਾਂ ਉਹ ਹੁੰਦਾ ਹੈਗਾ ਆਪਣੇ ਕੋਲੇ ਪੋਸਟ ਪਾਵਰ ਔਨ ਸੈਲਫ ਟੈਸਟ ਐਬ੍ਰੀਵੀਏਸ਼ਨ ਪੁੱਛ ਸਕਦਾ ਆਪਾਂ ਨੂੰ ਪਾਵਰ ਔਨ ਪਾਵਰ ਔਨ ਸੈਲਫ ਟੈਸਟ ਇਹ ਬਾਇਓਸ ਦੇ ਵਿੱਚੋਂ ਇੱਕ ਆਪਰੇਸ਼ਨ ਚੱਲਦਾ ਹੁੰਦਾ ਪਾਵਰ ਔਨ ਸੈਲਫ ਟੈਸਟ ਜਿਹੜਾ ਆਪਣੇ ਆਪ ਨੂੰ ਚੈੱਕ ਕਰਦਾ ਵੀ ਕੀ ਕੰਪਿਊਟਰ ਦੇ ਵਿੱਚ ਜਿੰਨੇ ਵੀ ਪੈਰੀਫੇਰਲ ਡਿਵਾਈਸ ਲੱਗੇ ਹੋਏ ਨੇ ਪੈਰੀਫੇਰਲ ਡਿਵਾਈਸ ਕੀ ਹੁੰਦੇ ਨੇ ਇਨਪੁਟ ਆਊਟਪੁਟ ਡਿਵਾਈਸ ਉਹ ਸਾਰੇ ਡਿਵਾਈਸ ਜਿਹੜੇ ਠੀਕ ਕੰਮ ਕਰ ਰਹੇ ਨੇ ਹਨਾ ਸੋ ਉਹਨੂੰ ਆਪਾਂ ਬੋਲਦੇ ਨੇ ਪੋਸਟ ਨਾਮ ਦਾ ਆਪਰੇਸ਼ਨ ਚੱਲਦਾ ਹੈ ਤੋ ਇਹਦੇ ਤੇ ਆਪਾਂ ਇੱਕ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬੂਟਿੰਗ ਸੀਕੁਐਂਸ ਕੀ ਹੁੰਦੀ ਹੈ ਬੂਟ ਕਿਵੇਂ ਕੰਮ ਕਰਦਾ ਵੈਸੇ ਤਾਂ ਮੈਂ ਬਹੁਤ ਵਾਰੀ ਚੀਜ਼ਾਂ ਕਰਾਈਆਂ ਹੋਈਆਂ ਨੇ ਕਿਵੇਂ ਰੋਮ ਦਾ ਕੀ ਯੋਗਦਾਨ ਹੁੰਦਾ ਹੈ ਬਾਇਓਸ ਕੀ ਕੰਮ ਕਰਦੀ ਹੈ ਪੋਸਟ ਕੀ ਕਰਦਾ ਉਹ ਸਾਰੀਆਂ ਚੀਜ਼ਾਂ ਤੇ ਅਲੱਗ ਤੋਂ ਵੀਡੀਓ ਬਣਾਵਾਂਗੇ ਆਪਾਂ ਠੀਕ ਹੈ ਕਿਉਂਕਿ ਇਹ ਹੁੰਦਾ ਵੀ ਹੋ ਸਕਦਾ ਇਹ ਵੀਡੀਓ ਕੋਈ ਹੋਰ ਬੱਚਾ ਨਾ ਦੇਖੇ ਜੇ ਮੈਂ ਇੱਥੇ ਸਾਰਾ ਡਿਸਕਸ ਕਰਾ ਦਿਆਂ ਤਾਂ ਇੱਕ ਕਾਮਨ ਵੀਡੀਓ ਬਣਾ ਕੇ ਉਹਦਾ ਆਪਾਂ ਰੈਫਰੈਂਸ ਦੇ ਦਿਆ ਕਰਾਂਗੇ ਜਿੱਥੇ ਕੁਐਸਚਨ ਆਊਗਾ ਫਿਲਹਾਲ ਦੇ ਲਈ ਇਥੇ ਪੋਸਟ ਸਮਝ ਲਓ ਇਹ ਨਹੀਂ ਸਫੀਸ਼ੀਐਂਟ ਹੈ ਠੀਕ ਹੈ ਅਗਲਾ ਇਨ ਵਿੰਡੋ ኦਪਰੇਟਿੰਗ ਸਿਸਟਮ ਦੀ ਡਿਲੀਟ ਕਮਾਂਡ ਫਾਰ ਅ ਫਾਈਲ ਕਹਿੰਦਾ ਵਿੰਡੋ ኦਪਰੇਟਿੰਗ ਸਿਸਟਮ ਦੇ ਵਿੱਚ ਡਿਲੀਟ ਕਮਾਂਡ ਕੀ ਕਰ ਦਿੰਦੀ ਹੈ ਠੀਕ ਹੈ ਡਿਲੀਟ ਆਪਾਂ ਨੂੰ ਪਤਾ ਹੈ ਜੇ ਆਪਾਂ ਬਸੇ ਤਾਂ ਇਹ ਕਮਾਂਡ ਦੀ ਗੱਲ ਕਰਦਾ ਜੇ ਗ੍ਰਾਫਿਕਲੀ ਆਪਾਂ ਗੱਲ ਕਰੀਏ ਤਾਂ ਵਿੰਡੋ ਤੋਂ ਕੀ ਪ੍ਰੈਸ ਕਰਦੇ ਇੱਕ ਤਾਂ ਡਿਲੀਟ ਹੁੰਦਾ ਇੱਕ ਸ਼ਿਫਟ ਡਿਲੀਟ ਹੁੰਦਾ ਸ਼ਿਫਟ ਪਲੱਸ ਡਿਲੀਟ ਜੇ ਡਿਲੀਟ ਦਬਦਗੇ ਤਾਂ ਇਹਦੇ ਨਾਲ ਡਾਟਾ ਪਰਮਾਨੈਂਟਲੀ ਡਿਲੀਟ ਨਹੀਂ ਹੁੰਦਾ ਕਾਦੇ ਚ ਚਲਾ ਜਾਂਦਾ ਟਰੈਸ਼ ਦੇ ਵਿੱਚ ਚਲਾ ਜਾਂਦਾ ਜਾਂ ਰੀਸਾਈਕਲ ਬਿਨ ਦੇ ਵਿੱਚ ਚਲਾ ਜਾਂਦਾ ਤੇ ਜੇ ਅਸੀਂ ਚਾਹੁੰਦੇ ਹਾਂ ਵੀ ਪਰਮਾਨੈਂਟਲੀ ਡਿਲੀਟ ਕਰੀਏ ਜ ਮੰਨ ਲਓ ਸੀ ਕਿਸੇ ਕੈਫੇ ਤੇ ਗਏ ਆ ਅਸੀਂ ਆਪਣੀ ਫੋਟੋ ਅਪਲੋਡ ਕੀਤੀ ਸਿਗਨੇਚਰ ਅਪਲੋਡ ਕੀਤੇ ਜੇ ਡਿਲੀਟ ਕਰ ਦਾਂਗੇ ਤਾਂ ਰੀਸਾਈਕਲ ਬਿਨ ਦੇ ਵਿੱਚ ਚਲ ਜੂਗਾ ਡਿਲੀਟ ਨਹੀਂ ਹੋਊਗਾ ਦਿਖਣੋਂ ਹਟ ਜੂ ਸਾਹਮਣੇ ਬਟ ਜੇ ਅਸੀਂ ਜਿਹੋਨੇ ਪਰਮਾਨੈਂਟਲੀ ਡਿਲੀਟ ਕਰਨਾ ਤਾਂ ਫਿਰ ਸ਼ਿਫਟ ਡਿਲੀਟ ਲਾਵਾਂਗੇ ਤਾਂ ਡਿਲੀਟ ਦੇ ਲਈ ਫਿਰ ਆਪਾਂ ਇੱਥੇ ਆਨਸਰ ਹੋ ਜੂਗਾ ਆਪਣਾ ਬੀ ਮੂਵ ਦਾ ਫਾਈਲ ਟ ਰੀਸਾਈਕਲ ਬਿਨ ਨੂੰ ਲਿਨਕਸ ਦੇ ਵਿੱਚ ਟਰੈਸ਼ ਵੀ ਕਿਹਾ ਜਾਂਦਾ ਹੈ ਤੇ ਵਿੰਡੋ ਦੇ ਵਿੱਚ ਸੌਰੀ ਈਮੇਲ ਦੇ ਵਿੱਚ ਵੀ ਜਦੋਂ ਅਸੀਂ ਈਮੇਲ ਡਿਲੀਟ ਕਰਦੇ ਹਾਂ ਉਹ ਕਿੱਥੇ ਜਾਂਦੀ ਹੈ ਟਰੈਸ਼ ਦੇ ਵਿੱਚ ਜਾਂਦੀ ਹੈ ਵੀ ਕੁਸ਼ਣ ਪੁੱਛਿਆ ਹੋਇਆ ਠੀਕ ਆ ਸੋ ਡਿਲੀਟ ਕਮਾਂਡ ਜਿਹੜੀ ਇਹ ਡੋਸ ਦੀ ਗੱਲ ਕਰੀਏ ਦਾ ਡੋਸ ਦੇ ਵਿੱਚ ਡੀ ਐਲ ਕਮਾਂਡ ਹੁੰਦੀ ਹੈ ਡਿਲੀਟ ਲਿਖ ਦਿਓ ਚਾਹੇ ਡੀ ਐਲ ਲਿਖ ਦਿਓ ਇੱਕੋ ਹੀ ਗੱਲ ਹੈ ਤੇ ਜੇ ਪੂਰੀ ਦੀ ਪੂਰੀ ਡਾਇਰੈਕਟਰੀ ਜਾਂ ਫੋਲਡਰ ਨੂੰ ਡਿਲੀਟ ਕਰਨਾ ਤਾਂ ਆਰ ਐਮ ਡੀ ਆਰ ਕਮਾਂਡ ਵਰਤੀ ਜਾਂਦੀ ਹੈ ਠੀਕ ਹੈ ਅਗਲਾ ਕੁਸ਼ਣ ਹੈ ਵਿਚੋਂ ਦੀ ਫਾਲੋਇੰਗ ਇਜ਼ ਸੈਕੰਡਰੀ ਮੈਮਰੀ ਡਿਵਾਈਸ ਕਿਹੜਾ ਕਹਿੰਦਾ ਸੈਕੰਡਰੀ ਮੈਮਰੀ ਡਿਵਾਈਸ ਹੈ ਜਿਵੇਂ ਆਪਾਂ ਨੂੰ ਪਤਾ ਹੈ ਇਹ ਡਾਇਗਰਾਮ ਹੈ ਮੈਮਰੀ ਵਾਲੇ ਚੈਪਟਰ ਦੇ ਵਿੱਚ ਚੰਗੀ ਤਰ੍ਹਾਂ ਡਿਸਕਸ ਕਰਾਈ ਹੋਈ ਹੈ ਵੀ ਇੰਟਰਨਲ ਕਿਹੜੀਆਂ ਹੁੰਦੀਆਂ ਨੇ ਰੈਮ ਕਿਹੜੀਆਂ ਹੁੰਦੀਆਂ ਨੇ ਰੋਮ ਕੀ ਹੁੰਦੀਆਂ ਨੇ ਇਹਨਾਂ ਦਾ ਕੀ ਕੰਮ ਹੈ ਐਕਸਟਰਨਲ ਮੈਮਰੀਜ਼ ਕਿਹੜੀਆਂ ਨੇ ਇਹਨਾਂ ਨੂੰ ਆਪਾਂ ਸੈਕੰਡਰੀ ਵੀ ਬੋਲਦੇ ਹਾਂ ਹਨ ਇਹਨਾਂ ਨੂੰ ਆਕਸਿਲਰੀ ਵੀ ਬੋਲਿਆ ਜਾਂਦਾ ਸੋ ਡਿਸਕ ਜਿਹੜਾ ਹੈ ਉਹ ਆਨਸਰ ਹੈ ਆਪਣੇ ਕੋਲੇ ਰੈਮ ਪ੍ਰਾਇਮਰੀ ਮੈਮਰੀ ਸੋਰੀ ਸੈਕੰਡਰੀ ਨਹੀਂ ਹੈ ਕੀਬੋਰਡ ਤਾਂ ਮੈਮਰੀ ਨਹੀਂ ਹੈ ਮਾਊਸ ਵੀ ਮੈਮਰੀ ਨਹੀਂ ਹੈ ਇਹ ਦੋਨੋਂ ਇਨਪੁਟ ਆਉਟਪੁਟ ਡਿਵਾਈਸ ਨੇ ਜਿਹੜੇ ਆਪਾਂ ਅ ਇਨਪੁਟ ਆਉਟਪੁਟ ਸੈਕੰਡ ਚੈਪਟਰ ਦੇ ਵਿੱਚ ਚੰਗੀ ਤਰ੍ਹਾਂ ਕੀਤੇ ਹੋਏ ਨੇ ਇਹਦੇ ਚੋਂ ਵੀ ਬਹੁਤ ਕੁਐਸਚਨ ਆਉਂਦੇ ਨੇ ਫਿਰ ਇਹਦਾ ਆਨਸਰ B ਆ ਜਾਊਗਾ ਠੀਕ ਆ ਅਗਲਾ ਕੈਸ਼ੇ ਮੈਮਰੀ ਇਹ ਵੀ ਆਪਾਂ ਚੰਗੀ ਤਰ੍ਹਾਂ ਕੀਤਾ ਹੋਇਆ ਮੈਮਰੀ ਹਾਇਰਾਰਕੀ ਅ ਪੰਜਵੇਂ ਚੈਪਟਰ ਦੇ ਵਿੱਚ ਮੈਮਰੀ ਵਾਲੇ ਦੇ ਵਿੱਚ ਬੇਸਿਕ ਹਨਾ ਆਹ ਡਾਇਗਰਾਮ ਆ ਮੈਂ ਚੰਗੀ ਤਰ੍ਹਾਂ ਕਰਾਈ ਹੋਈ ਹੈ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਚੋਂ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਕੈਸ਼ੇ ਪੁੱਛਦਾ ਹੈ ਉਹ ਆ ਸੀ ਦੂਜੇ ਨੰਬਰ ਤੇ ਆਉਂਦੀ ਹੈ ਕੈਸ਼ੇ ਮੈਮਰੀ ਹਨਾ ਕਹਿੰਦਾ ਕੀ ਹੈ ਕੈਸ਼ ਇਜ਼ ਫਾਸਟਰ ਟੂ ਐਕਸੈਸ ਦਾ ਰੈਮ ਕੀ ਕਹਿੰਦਾ ਕੈਸ਼ੇ ਫਾਸਟਰ ਹੈ ਬਿਲਕੁਲ ਕਿਉਂਕਿ ਉੱਪਰ ਨੂੰ ਸਪੀਡ ਜ਼ਿਆਦਾ ਹੁੰਦੀ ਹੈ ਥੱਲੇ ਆਪਾਂ ਜਾਈ ਜਾਵਾਂਗੇ ਸਪੀਡ ਘਟਦੀ ਹੈ ਤਾਂ ਕੈਸ਼ ਇਜ਼ ਫਾਸਟਰ ਪਹਿਲੇ ਠੀਕ ਲੱਗਦਾ ਗ੍ਰੇਟਰ ਕੈਪੈਸਿਟੀ ਦੈਨ ਰੈਮ ਨਾ ਕੈਪੈਸਿਟੀ ਉੱਪਰ ਨੂੰ ਘਟਦੀ ਆ ਦੇਖੋ স্মੋਲ ਸਾਈਜ਼ ਨੀਚੇ ਨੂੰ ਲਾਰਜ ਸਾਈਜ਼ ਸਾਈਜ਼ ਤਾਂ ਕੈਸ਼ ਕੈਸ਼ੇ ਦੀ ਕੈਪੈਸਿਟੀ ਘੱਟ ਹੈ ਰੈਮ ਦੇ ਨਾਲੋਂ ਵੈਸੇ ਵੀ ਗ੍ਰਾਫਿਕਲੀ ਇਹ ਛੋਟਾ ਲੱਗ ਰਿਹਾ ਡੱਬਾ ਇਹ ਵੱਡਾ ਤਾਂ ਕੈਪੈਸਿਟੀ ਦੇ ਹਿਸਾਬ ਨਾਲ ਆ ਇਹ ਹਨਾ ਸੋ ਅਗਲਾ ਹੈਗਾ ਇਜ਼ ਫਾਸਟਰ ਟੂ ਐਕਸੈਸ ਦੈਨ ਸੀਪੀਯੂ ਰਜਿਸਟਰ ਨਹੀਂ ਰਜਿਸਟਰ ਦੇ ਨਾਲੋਂ ਫਾਸਟਰ ਨਹੀਂ ਹੁੰਦਾ ਰਜਿਸਟਰ ਟਾਪ ਤੇ ਆ ਗਿਆ ਇਹਦੀ ਸਪੀਡ ਜ਼ਿਆਦਾ ਹੈ ਇਹ ਫਾਸਟਰ ਹੈ ਇਜ਼ ਪਰਮਨੈਂਟ ਸਟੋਰੇਜ ਪਰਮਨੈਂਟ ਵੀ ਨਹੀਂ ਇਹ ਪਹਿਲੀਆਂ ਤਿੰਨ ਆਪਾਂ ਕਹੀ ਜਾਂਦੇ ਹਾਂ ਨਾ ਵੀ ਵੋਲੇਟਾਈਲ ਹੈ ਵੋਲੇਟਾਈਲ ਕਹਿ ਸਕਦੇ ਜਾਂ ਟੈਂਪਰੇਰੀ ਨੇ ਵੋਲੇਟਾਈਲ ਦਾ ਮਤਲਬ ਜਦੋਂ ਹੀ ਪਾਵਰ ਆਫ ਹੁੰਦੀ ਹੈ ਤੇ ਕੰਟੈਂਟ ਕੀ ਹੋ ਜਾਂਦੇ ਨੇ ਲਾਸ ਹੋ ਜਾਂਦੇ ਨੇ ਤਾਂ ਫਿਰ ਪਹਿਲਾ ਹੀ ਠੀਕ ਹੈ ਠੀਕ ਹੈ ਇਹ ਆਨਸਰ ਹੈ ਅਗਲਾ ਦੀ ਆਟੋ ਕਰੈਕਟ ਟੂਲ ਇਨ ਮਾਈਕਰੋਸਾਫਟ ਵਰਡ ਮਾਈਕਰੋਸਾਫਟ ਵਰਡ ਦੇ ਵਿੱਚ ਆਪਾਂ ਨੂੰ ਬਤਾਇਆ ਇੱਕ ਆਟੋ ਕਰੈਕਟ ਟੂਲ ਹੁੰਦਾ ਉਹ ਕੀ ਕਰਦਾ ਚੈਕਸ ਫਾਰ ਮਿਸਪੈਲਡ ਵਰਡਸ ਐਸ ਯੂ ਟਾਈਪ ਐਂਡ ਕਰੈਕਟਸ ਥੈਮ ਐਸ ਡਿਫਾਈਨਡ ਤਾਂ ਉਹ ਸ਼ਬਦਾਂ ਨੂੰ ਚੈੱਕ ਕਰਦਾ ਜਿਹੜੇ ਤੁਸੀਂ ਗਲਤੀ ਲਿਖਦੇ ਹੋ ਥੱਲੇ ਲਾਲ ਜੀ ਲਾਈਨ ਆ ਜਾਂਦੀ ਹੈ ਜਾਂ ਤਾਂ ਐਰਰ ਦੱਸ ਦਿੰਦਾ ਜਾਂ ਆਟੋਮੈਟਿਕਲੀ ਕੀ ਕਰ ਦਿੰਦਾ ਰੈਕਟੀਫਾਈ ਕਰ ਦਿੰਦਾ ਚੈਕਸ ਫਾਰ ਮਿਸਪੈਲਡ ਵਰਡ ਐਸ ਯੂ ਟਾਈਪ ਐਂਡ ਕਰੈਕਟ ਥੈਮ ਡਿਫਾਈਨ ਜਿਵੇਂ ਆਪਾਂ ਡਿਫਾਈਨ ਕਰਦੇ ਹਾਂ ਉਵੇਂ ਕਰੈਕਟ ਕਰ ਦਿੰਦਾ ਠੀਕ ਹੈ ਆਟੋਮੈਟਿਕਲੀ ਕਰੈਕਟ ਦਾ ਪੇਜ ਮਾਰਜਨ ਇਹ ਵੀ ਨਹੀਂ ਕਰਦਾ ਚੈੱਕ ਦੀ ਰੀਡੇਬਿਲਟੀ ਆਫ ਡਾਕੂਮੈਂਟ ਆਟੋਮੈਟਿਕਲੀ ਨਹੀਂ ਕਰਦਾ ਆਟੋਮੈਟਿਕਲੀ ਕਰੈਕਟਸ ਦੀ ਫਾਰਮੈਟਿੰਗ ਨਹੀਂ ਫਾਰਮੈਟ ਨੂੰ ਵੀ ਨਹੀਂ ਕਰਦਾ ਸੋ ਇਹ ਹੀ ਹੈ ਤੇ ਗ੍ਰਾਮਰ ਚੈੱਕ ਦੇ ਲਈ ਸ਼ਾਰਟਕਟ ਜਿਹੜਾ ਹੁੰਦਾ F7 ਇਹ ਸਾਰੇ ਸ਼ਾਰਟਕਟ ਵੀ ਮੈਂ ਕਰਵਾਏ ਹੋਏ ਨੇ ਉਹ ਤੁਸੀਂ ਉਹੀ ਆਫਿਸ ਪ੍ਰੋਡਕਟਿਵਿਟੀ ਟੂਲ ਵਾਲੀ ਸੀਰੀਜ਼ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੋ ਇਹਦਾ B ਆਨਸਰ ਹੈ ਆ ਦੇਖੋ ਇਹ ਨਿਕਲਦਾ ਕਿੱਥੋਂ ਹੈ অপਸ਼ਨ ਦੇ ਵਿੱਚ ਜਾ ਕੇ ਜਿੱਥੇ ਵਰਡ ਆ ਜਾਂਦਾ ਹੁੰਦਾ ਵਰਡ ਆ ਇਹਨਾਂ ਨਾ ਫਾਈਲ ਤੇ ਜਾਓਗੇ ਸਭ ਤੋਂ ਥੱਲੇ ਇੱਥੇ ਆਪਸ਼ਨ ਆ ਜਾਊਗਾ ਆਪਸ਼ਨ ਤੇ ਜਾਓਗੇ ਇਹ ਖੁੱਲ ਜਾਊਗਾ ਆਪਸ਼ਨ ਦੇ ਵਿੱਚੋਂ ਪ੍ਰੂਫਿੰਗ ਤੇ ਜਾਵਾਂਗੇ ਪ੍ਰੂਫਿੰਗ ਦੇ ਵਿੱਚ ਆ ਪਿਆ ਹੁੰਦਾ ਹੈ ਆਟੋ ਕਰੈਕਟ ਇੰਗਲਿਸ਼ ਯੂਨਾਈਟਿਡ ਕਿੰਗਡਮ ਹੁਣ ਤਾਂ ਲੈਂਗੁਏਜ ਸਿਲੈਕਟ ਕੀਤੀ ਹੈ ਆਟੋ ਕਰੈਕਟ ਦੇ ਵਿੱਚ ਇਹ ਸਾਰੀਆਂ ਆਪਸ਼ਨਾਂ ਨੇ ਮੈਥ ਦੀ ਕਰੈਕਸ਼ਨ ਕਰਨੀ ਹੈ ਆਟੋ ਕਰੈਕਟ ਕਰਨਾ ਹੈ ਜਿਹੜਾ ਅਸੀਂ ਫਾਰਮੈਟ ਡਿਫਾਈਨ ਕਰ ਸਕਦੇ ਹਾਂ ਸੋ ਇਹਦੇ ਤੇ ਉਹਨੇ ਕੁਐਸਚਨ ਪੁੱਛਿਆ ਸੀ ਠੀਕ ਆ ਅਗਲਾ ਕੁਐਸਚਨ ਬੇਚੋ ਆਫ ਦੀ ਫੋਲੋਇੰਗ ਇਜ਼ ਨਾਟ ਏ ਸੌਫਟਵੇਅਰ ਨਾਟ ਤੇ ਗੋਲਾ ਮਾਰ ਲੈਣਾ ਕਿਉਂਕਿ ਅਸੀਂ ਮੋਸਟਲੀ ਗਲਤੀ ਕਰਦੇ ਆ ਕਿ ਨਾਟ ਪੁੱਛਿਆ ਅਸੀਂ ਆਨਸਰ ਇਹ ਦੇ ਦਾਂਗੇ ਵੀ ਸੌਫਟਵੇਅਰ ਕਿਹੜਾ ਹੈ ਉਹਨੇ ਪੁੱਛਿਆ ਨਾਟ ਏ ਸੌਫਟਵੇਅਰ ਸਰਚ ਇੰਜਨ ਇੱਕ ਸੌਫਟਵੇਅਰ ਹੈ ਮਦਰਬੋਰਡ ਇੱਕ ਹਾਰਡਵੇਅਰ ਹੈ ਜਿਹਦੇ ਤੇ ਸਾਰੇ ਕੰਪੋਨੈਂਟ ਆਪਾਂ ਅਟੈਚ ਕਰਦੇ ਆ ਕੰਪਿਊਟਰ ਵਾਇਰਸ ਵੀ ਸੌਫਟਵੇਅਰ ਹੈ ਕੰਪਾਈਲਰ ਵੀ ਸੌਫਟਵੇਅਰ ਹੈ ਕੰਪਾਈਲਰ ਕੀ ਕਰਦਾ ਇਹਦਾ ਕੰਮ ਕੀ ਹੈ हाई लेवल लैंग्वेज ਨੂੰ ਕਦੇ ਚ ਕਨਵਰਟ ਕਰ ਰਿਹਾ ਲੋ ਲੈਵਲ ਲੈਂਗੁਏਜ ਦੇ ਵਿੱਚ ਕਲੀਅਰ ਸੋ ਇਹ ਸੌਫਟਵੇਅਰ ਤਾਂ ਆਨਸਰ ਹੋ ਗਿਆ ਨਾਟ ਅ ਸੌਫਟਵੇਅਰ ਬੀ ਆਨਸਰ ਹੈ ਸੌਖਾ ਕੰਮ ਹੈ ਨਾ ਅੱਗੇ ਕਹਿੰਦਾ ਗੁਰਮੁਖੀ ਅਲਫਾਬੇਟ ਇਜ਼ ਇਨਕਲੂਡਡ ਇਨ ਵਿੱਚ ਕੋਡਿੰਗ ਸਕੀਮ ਕੀ ਉਹ ਯੂਨੀਕੋਡ ਦੇ ਵਿੱਚ ਹੈ ਬੀਸੀਡੀ ਦੇ ਵਿੱਚ ਹੈ ਸਕਾਈ ਦੇ ਵਿੱਚ ਹੈ ਈ ਈਬੀਸੀਡੀ ਆਈਸੀ ਦੇ ਵਿੱਚ ਹੈ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਇਹ ਦੇਖ ਲੈਨੇ ਆਨਸਰ ਤਾਂ ਇਹਦਾ ਯੂਨੀਕੋਡ ਹੈ ਕੈਰੈਕਟਰ ਐਨਕੋਡਿੰਗ ਸਕੀਮ ਕੀ ਹੁੰਦੀਆਂ ਨੇ ਕੈਰੈਕਟਰ ਐਨਕੋਡਿੰਗ ਸਕੀਮ ਆਲਸੋ ਨੋਨ ਐਜ਼ ਕੈਰੈਕਟਰ ਸੈੱਟ ਔਰ ਕੈਰੈਕਟਰ ਮੈਪ ਹੁਣ ਆਪਾਂ ਨੂੰ ਪਤਾ ਹੈ ਇੱਕ ਗੱਲ ਇਹ ਆਪਾਂ ਯਾਦ ਰੱਖਣੀ ਆ ਵੀ ਕੰਪਿਊਟਰ ਹੈ ਜਿਹੜਾ ਉਹ ਬਾਈਨਰੀ ਭਾਸ਼ਾ ਚ ਕੰਮ ਕਰਦਾ ਹੈ ਜਾਂ ਮਸ਼ੀਨ ਲੈਂਗੁਏਜ ਕੰਮ ਕਰਦਾ ਹੈ ਜੇ ਕੰਪਿਊਟਰ ਇੱਕੋ ਹੀ ਭਾਸ਼ਾ ਸਮਝਦਾ ਹੈ ਲੋਅ ਲੈਵਲ ਲੈਂਗੁਏਜ ਜਾਂ ਮਸ਼ੀਨ ਲੈਂਗੁਏਜ ਦਾ ਬਾਈਨਰੀ ਲੈਂਗੁਏਜ ਤਾਂ ਹੁਣ ਸਾਡੇ ਕੀਬੋਰਡ ਤੇ ਸਾਡੀ ਹਾਈ ਲੈਵਲ ਲੈਂਗੁਏਜ ਹੈ ਹੈਨਾ ਸਾਨੂੰ ਤਾਂ ਜਿਹੜੀ ਨੇਚਰਲ ਲੈਂਗੁਏਜ ਬੋਲਦੇ ਆਪਾਂ ਨੂੰ ਹਿੰਦੀ ਪੰਜਾਬੀ ਅੰਗਰੇਜ਼ੀ ਇੰਗਲਿਸ਼ ਨੇ ਇਹਨੂੰ ਨੇਚਰਲ ਲੈਂਗੁਏਜ ਬੋਲਦੇ ਆ ਹਾਈ ਲੈਵਲ ਲੈਂਗੁਏਜ ਕੰਪਿਊਟਰ ਦੇ ਵਿੱਚ ਕਿਹੜੀਆਂ ਤਾਂ HTML ਭਾਸ਼ਾ ਵੈਬ ਪੇਜਾਂ ਨੂੰ ਡਿਜ਼ਾਈਨ ਲਈ ਵਰਤੀ ਜਾਂਦੀ ਹੈ ਜਿਵੇਂ HTML, XML, SGML ਇਹ ਸਾਰੀਆਂ ਆਪਾਂ ਕਰਵਾਵਾਂਗੇ ਹਜੇ ਉਹ ਚੈਪਟਰ ਰਹਿੰਦਾ ਹੈ ਲੈਂਗੁਏਜ ਵਾਲਾ 8ਵਾਂ 9ਵਾਂ 9ਵਾਂ ਦਾ ਸਮਾ ਚੈਪਟਰ ਹੈ ਉਹ ਆਪਾਂ ਹਜੇ ਹੌਲੀ-ਹੌਲੀ ਆ ਰਹੇ ਹਾਂ ਉੱਥੇ ਆਵਾਂਗੇ ਤੇ ਜਿਹੜੀਆਂ ਨੇਚਰਲ ਲੈਂਗੁਏਜ ਨੇ ਉਹ ਹੁਣ ਆਪਣੇ ਕੀਬੋਰਡ ਤੇ ਬਹੁਤ ਸਾਰੇ ਅੱਖਰ ਨੇ ABCD ਹੈ 1 2 3 ਹੈ ਵੱਡੀ ABC ਛੋਟੀ ABC ਹੋਰ ਵੀ ਸਪੈਸ਼ਲ ਕੈਰੈਕਟਰ ਨੇ ਸੋ ਕੰਪਿਊਟਰ ਨੂੰ ਤਾਂ ਉਹ ਸਮਝ ਨਹੀਂ ਆਉਣੇ ਫਿਰ ਆਪਾਂ ਕੀ ਕਰਾਂਗੇ ਉਹਨਾਂ ਸਾਰੇ ਅੱਖਰਾਂ ਦੀ ਇੱਕ ਲਿਸਟ ਬਣਾ ਲਾਂਗੇ ਮੰਨ ਲਓ ਇੱਥੇ ਅਸੀਂ ਐ ਲਿਖ ਲਾਂਗੇ ਏ ਬੀ ਸੀ ਕਰਕੇ ਫਿਰ ਛੋਟੀ ਏ ਬੀ ਸੀ ਫਿਰ 0 1 2 3 ਐਵੇਂ ਕਰਕੇ ਤੇ ਇਹਨੂੰ ਇੱਕ ਨੰਬਰ ਦੇਣ ਲੱਗ ਜਾਂਗੇ ਅਸੀਂ ਜਿਵੇਂ ਮੰਨ ਲਓ ਸ਼ੁਰੂ ਕਰ ਲਿਆ ਵੱਡੀ ਏ ਬੀ ਸੀ ਇਸ ਕਾਈਡ ਚ 65 ਤੇ ਆਉਂਦੀ ਹੈ 65 66 ਐਂ ਕਰਕੇ ਛੋਟੀ 97 ਇਹਨੂੰ ਇੱਕ ਨੰਬਰ ਦੇ ਦਾਂਗੇ ਡੈਸੀਮਲ ਫਾਰਮੈਟ ਦੇ ਵਿੱਚ ਤੇ ਕੰਪਿਊਟਰ ਡੈਸੀਮਲ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਰ ਲੈਂਦਾ ਕੰਪਿਊਟਰ ਆਪਦੀ ਭਾਸ਼ਾ ਚ ਲੈ ਜਾਂਦਾ ਉਸ ਚੀਜ਼ ਨੂੰ ਹਨਾ ਸੋ ਇਹਨੂੰ ਅਸੀਂ ਬੋਲਦੇ ਹਾਂ ਮੈਪਿੰਗ ਸਾਰੇ ਕੈਰੈਕਟਰ ਜਿੰਨੀਆਂ ਵੀ ਲੈਂਗੁਏਜ ਦੇ ਵਿੱਚ ਸੀਗੇ ਉਹਦੀ ਮੈਪਿੰਗ ਕਰਤੀ ਡੈਸੀਮਲ ਦੇ ਨਾਲ ਡੈਸੀਮਲ ਨੂੰ ਕੰਪਿਊਟਰ ਆਪ ਹੀ ਬਾਈਨਰੀ ਚ ਕਨਵਰਟ ਕਰ ਲੈਂਦਾ ਸੋ ਜਦੋਂ ਅਸੀਂ ਕਿਸੇ ਨੂੰ ਮੰਨ ਲਓ ਅਸੀਂ ਕਿਸੇ ਨੂੰ 143 ਕਰਦੇ ਆ ਹਨ ਕਿਸੇ ਨੂੰ ਤੁਸੀਂ 143 ਕਰ ਦੋਗੇ ਤਾਂ ਕੰਪਿਊਟਰ ਥੋੜੀ ਸਮਝੂਗਾ ਵੀ ਇਹ ਬੰਦਾ ਕਿਸੇ ਨੂੰ 143 ਕਰ ਰਿਹਾ ਹਨ ਤਾਂ ਉਹਨੇ ਇੱਥੇ ਆਈ ਦੇ ਕੋਰਸਪੋਂਡਿੰਗ ਜਿਹੜਾ ਕੋਡ ਹੋਊਗਾ ਮੰਨ ਲਓ ਰੈਂਡਮਲੀ ਲੈ ਕੇ ਚੱਲ ਰਹੇ ਆਪਾਂ ਕਿ ਆਈ ਦੇ ਕੋਰਸਪੋਂਡਿੰਗ 85 ਸੋ so, 85 ਦਾ ਬਾਈਨਰੀ ਲਿਖ ਦੂਗਾ ਉੱਥੇ ਇਸ ਤਰ੍ਹਾਂ ਕਰਕੇ ਇਹ ਮੈਂ ਕਰੈਕਟ ਨਹੀਂ ਲਿਖ ਰਿਹਾ ਉਹੀ ਲਿਖ ਰਿਹਾ ਠੀਕ ਹੈ ਸਹੀ ਨਹੀਂ ਹੈ ਇਹਦੇ ਵਿੱਚ ਵੀ ਕੁਐਸਚਨ ਹੈਗਾ ਆਪਾਂ ਉੱਥੇ ਕਰਾਂਗੇ ਕਿਵੇਂ ਲਿਖਿਆ ਜਾਂਦਾ ਮੈਂ ਸਿਖਾਉਂਗਾ ਤੁਹਾਨੂੰ ਕਿ ਡੈਸੀਮਲ ਨੂੰ ਬਾਈਨਰੀ ਵਿੱਚ ਕਿਵੇਂ ਲਿਖਿਆ ਜਾਂਦਾ ਬਟ ਕੰਪਿਊਟਰ ਦੇ ਲਈ ਆ ਹੋਊਗਾ ਉਵੇਂ ਹੀ ਫੋਰ ਫੋਰ ਦੇ ਲਈ ਕੋਈ ਲੈਂਗੁਏਜ ਹੋਊ ਯੂ ਦੇ ਲਈ ਕੋਈ ਲੈਂਗੁਏਜ ਹੋਊ ਹੈਨਾ ਸੋ ਇਸ ਤਰ੍ਹਾਂ ਕਰਕੇ ਕੰਪਿਊਟਰ ਨੂੰ ਸਮਝ ਆ ਜਾਂਦਾ ਤੇ ਜਦ ਨੂੰ ਵਾਪਸ ਯੂਜ਼ਰ ਨੂੰ ਡਿਸਪਲੇ ਕਰਾਉਣਾ ਫਿਰ ਫਿਰ ਇਹੀ ਮੈਪਿੰਗ ਵਰਤਦਾ ਜੇ ਮੰਨ ਲਓ ਕੰਪਿਊਟਰ ਨੇ ਆ ਆਨਸਰ ਦਿੱਤਾ ਤਾਂ ਕੰਪਿਊਟਰ ਮੈਪਿੰਗ ਟੇਬਲ 'ਚੋ ਚੱਕੂਗਾ ਵੀ 85 ਐ 85 ਤੇ ਕਿਹੜਾ ਆਈ ਸਾਨੂੰ ਆਈ ਦਿਖਾ ਦੇਊਗਾ ਜਿਹਨੂੰ ਭੇਜੋਗੇ ਉਹਦੇ ਕੋਲ ਜਾਊਗਾ ਠੀਕ ਐ ਸੋ ਇਸ ਤਰ੍ਹਾਂ ਕਰਕੇ ਮੈਪਿੰਗ ਹੁੰਦੀ ਐ ਤੇ ਇਹ ਮੈਪਿੰਗ ਦੇ ਲਈ ਕਈ ਵਰਤੇ ਜਾਂਦੇ ਨੇ ਕੈਰੈਕਟਰ ਐਨਕੋਡਿੰਗ ਸਕੀਮ ਜਿਵੇਂ ਬੀ ਸੀ ਡੀ ਆਈ ਸੀ ਹੈ ਸਕਾਈ ਹੈ ਏ ਬੀ ਸੀ ਡੀ ਆਈ ਸੀ ਹੈ ਤੇ ਯੂਨੀਕੋਡ ਹੈ ਬੀ ਸੀ ਡੀ ਆਈ ਸੀ 6 ਬਿਟ ਦਾ ਹੁੰਦਾ ਐ ਸਕਾਈ 7 ਬਿਟ ਦਾ ਵੀ ਹੁੰਦਾ ਤੇ 8 ਬਿਟ ਦਾ ਵੀ ਹੁੰਦਾ ਐ ਏ ਬੀ ਸੀ ਡੀ ਆਈ ਸੀ 8 ਬਿਟ ਦਾ ਯੂਨੀਕੋਡ 8 ਬਿਟ 16 ਬਿਟ ਤੇ 32 ਬਿਟ ਇਹ ਤੁਹਾਨੂੰ ਬਹੁਤ ਜਿਆਦਾ ਇੰਪੋਰਟੈਂਟ ਹੈ ਪੁੱਛਿਆ ਜਾਊਗਾ ਕਲੈਰੀਕਲ ਵਾਲਿਆਂ ਨੂੰ ਇਹਨੂੰ ਧਿਆਨ ਨਾਲ ਕਰ ਲਿਓ ਸੋ ASCII ਜਿਹੜਾ ਹੈ ਇਹਦੀ ਐਬ੍ਰੀਵੀਏਸ਼ਨ ਤਾਂ ਸਾਰਿਆਂ ਨੂੰ ਪੁੱਛੀ ਜਾਂਦੀ ਹੈ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ ਐਕਸਟੈਂਡਡ ਬਾਈਨਰੀ ਕੋਡਡ ਡੈਸੀਮਲ ਇੰਟਰਚੇਂਜ ਕੋਡ ਇਹ 7 ਬਿਟ ਦਾ ਹੁੰਦਾ ਹੈ ਬਟ ਇਹ ਐਕਸਟੈਂਡਡ ਵੀ ਆਉਂਦਾ 8 ਬਿਟ ਦਾ ਤੇ EBCDIC ਹੁੰਦਾ ਹੀ 8 ਬਿਟ ਦਾ ਤੇ ਇਹਦੇ ਵਿੱਚ ਲੈਸ ਕੈਰੈਕਟਰ ਹੁੰਦੇ ਨੇ ਕਿੰਨੇ ਕੈਰੈਕਟਰ ਨੂੰ ਰਿਪਰੈਜ਼ੈਂਟ ਕਰ ਸਕਦੇ ਆ 2 ਦੀ ਪਾਵਰ 7 ਕਰ ਦਿਓ ਤਾਂ ਇਹ ਬਣ ਜਾਣਗੇ 128 ਇਹਦੀ ਰੇਂਜ ਕਿੰਨੀ ਹੋ ਜੂਗੀ 0 ਤੋਂ ਲੈ ਕੇ 127 ਤੱਕ ਰੇਂਜ ਜਿਹੜੀ 0 ਤੋਂ ਸ਼ੁਰੂ ਹੁੰਦੀ ਹੈ ਬਾਈਨਰੀ ਦੇ ਵਿੱਚ ਹੈਨਾ 0 ਤੋਂ ਲੈ ਕੇ 127 ਤੱਕ ਜਾਂਦੇ ਗਿਣਤੀ ਜਿੱਤੇ 128 ਬਣਗੇ ਨਾ 2 ਦੀ ਪਾਵਰ 7 128 ਕਿੰਨੇ ਕੈਰੈਕਟਰ ਦੀ ਰਿਪਰੈਜ਼ੈਂਟ ਕਰਦਾ ਹੈ ਅਸਕਾਈ ਜਿਹੜਾ 7 ਬਿਟ ਵਾਲਾ ਉਹ 128 ਕੈਰੈਕਟਰ ਨੂੰ ਰਿਪਰੈਜ਼ੈਂਟ ਕਰਦਾ ਰੇਂਜ ਕਿੰਨੀ ਹੈ 0 ਤੋਂ ਲੈ ਕੇ 127 ਤੱਕ ਸਿਮਿਲਰਲੀ ਇਹਦੇ ਵਿੱਚ ਕਿੰਨੇ ਕੈਰੈਕਟਰ ਹੋਣਗੇ 2 ਦੀ ਪਾਵਰ 8 ਹੁੰਦਾ 256 ਤੇ ਰੇਂਜ ਕਿੰਨੀ ਹੋ ਜੂਗੀ 0 ਤੋਂ ਲੈ ਕੇ 255 ਤੱਕ ਤਾਂ ਇਹਦੇ ਵਿੱਚ ਜ਼ਿਆਦਾ ਕੈਰੈਕਟਰ ਨੇ ABCDI ਇਸ ਦੇ ਨਾਲ ਇਸ ਐਕਸਟੈਂਡਡ ਹੈ ਇਹ 8 ਬਿਟ ਹੈ ਤਾਂ 2 ਦੀ ਪਾਵਰ 8 256 ਹੀ ਹੋਣਗੇ 0 ਤੋਂ ਲੈ ਕੇ 255 ਤੱਕ ਦੀ ਰੇਂਜ ਹੋ ਜੂ ਬਟ ਇਹ ਘੱਟ ਵਰਤਿਆ ਜਾਂਦਾ ਹੈ ਸਟੈਂਡਰਡ ਜਿਹੜਾ 7 ਬਿਟ ਵਾਲਾ ਹੀ ਹੈ ਕਲੀਅਰ ਹੋਈ ਗੱਲ ਸੋ ਇਹ ਯੂਨੀਕੋਡ ਹੈ ਯੂਨੀਕੋਡ ਦੀ ਐਬ੍ਰੀਵੀਏਸ਼ਨ ਆ ਪੁੱਛ ਸਕਦਾ ਹੈ ਯੂਨੀਵਰਸਲ ਕੈਰੈਕਟਰ ਐਨਕੋਡਿੰਗ ਯੂਨੀਕੋਡ ਟਰਾਂਸਫਰਮੇਸ਼ਨ ਫਾਰਮੈਟ ਯੂਟੀਐਫ ਵੀ ਬੋਲੇ ਹੁੰਦਾ ਯੂਸੀਐਸ ਵੀ ਹੁੰਦਾ ਹੈ ਯੂਨੀਵਰਸਲ ਕੈਰੈਕਟਰ ਸੈਟ ਆਪਾਂ ਨੂੰ ਇਹ ਪਤਾ ਹੀ ਹੈ ਪਿੱਛੇ ਪੜਿਆ ਆਪਾਂ ਵੀ ਇਹ 8 ਬਿਟ ਦਾ 16 ਬਿਟ ਦਾ ਜਾਂ 32 ਬਿਟ ਦਾ ਹੋ ਸਕਦਾ ਹੈ ਤਾਂ 16 ਬਿਟ ਦੇ ਨਾਲ 32 ਬਿਟ ਦੇ ਨਾਲ ਦੇਖੋ ਕਿੰਨੇ ਇਹ ਕੈਰੈਕਟਰ ਰਿਪਰੈਜ਼ੈਂਟ ਕਰ ਲੂਗਾ 2 ਦੀ ਪਾਵਰ 32 ਤਾਂ ਬਹੁਤ ਵੱਡੀ ਵੈਲਿਊ ਹੁੰਦੀ ਹੈ ਹੈਨਾ ਸੋ ਇਹਦੇ ਵਿੱਚ ਫਿਰ ਯੂਨੀਕੋਡ ਮੇਨਟੇਨਡ ਬਾਏ ਦਾ ਯੂਨੀਕੋਡ ਕੰਸੋਰਟੀਅਮ ਇਹਨੂੰ ਮੇਨਟੇਨ ਕਰਦਾ ਹੈ ਤੇ ਮੋਰ ਦੈਨ ਇੰਨੇ ਕੈਰੈਕਟਰ ਰਿਪਰੈਜ਼ੈਂਟ ਕਰਦਾ 1,40,000 ਕੈਰੈਕਟਰ ਤੇ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਾਂ ਮਾਂ ਨੇ ਜਿਹੜੀਆਂ 150 ਮਾਡਰਨ ਐਂਡ ਹਿਸਟੋਰੀਕਲ ਸਕ੍ਰਿਪਟ ਨੇ ਜਿਹੜੀਆਂ ਐਂਡ ਈਮੋਜੀ ਨੇ ਉਹ ਸਾਰੇ ਇਹਦੇ ਵਿੱਚ ਲਿਖੇ ਜਾਂਦੇ ਨੇ ਯੂਨੀਕੋਡ ਦੇ ਵਿੱਚ ਤਾਂ ਪੰਜਾਬੀ ਵਾਲੇ ਜ਼ਿਆਦਾ ਕੰਮ ਕਰਦੇ ਹੁੰਦੇ ਨੇ ਯੂਨੀਕੋਡ ਤੇ ਕਿਉਂਕਿ ਪੰਜਾਬੀ ਇੱਕ ਨੇਚਰਲ ਲੈਂਗੁਏਜ ਹੈ ਉਹਦੇ ਹਿਸਾਬ ਨਾਲ ਯੂਨੀਕੋਡ ਦੇ ਹਿਸਾਬ ਨਾਲ ਉਹਦੀ ਉਹ ਐਨਕੋਡਿੰਗ ਕਰਦੇ ਹੁੰਦੇ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਇਹ ਠੀਕ ਆ ਸੋ ਜਿਹੜੇ ਯੂਨੀਕੋਡ ਦੇ ਵਿੱਚ ਪਹਿਲੇ 128 ਕੈਰੈਕਟਰ ਨੇ ਉਹ ਸਕਾਈ ਵਾਲੀ ਲੈ ਲੇ ਤਾਂ ਸਕਾਈ ਇਜ਼ ਅ ਸਬਸੈਟ ਆਫ ਯੂਨੀਕੋਡ ਤਾਂ ਜੇ ਤੁਸੀਂ ਰੀਜ਼ਨਿੰਗ 'ਚ ਵੀ ਪੜ੍ਹਦੇ ਹੋ ਜੇ ਇਹ ਯੂਨੀਕੋਡ ਹੈ ਤਾਂ ਅਸਕਾਈ ਉਹਦਾ ਸਬਸੈਟ ਹੈ ਅਸਕਾਈ ਇਜ਼ ਸਬਸੈਟ ਆਫ ਯੂਨੀਕੋਡ ਬਟ ਉਲਟਾ ਨਹੀਂ ਹੈਗਾ ਯੂਨੀਕੋਡ ਨੂੰ ਨਹੀਂ ਕਹਿ ਸਕਦੇ ਵੀ ਅਸਕਾਈ ਸੌਰੀ ਅਸਕਾਈ ਨੂੰ ਨਹੀਂ ਕਹਿ ਸਕਦੇ ਯੂਨੀਕੋਡ ਨੂੰ ਨਹੀਂ ਕਹਿ ਸਕਦੇ ਵੀ ਯੂਨੀਕੋਡ ਸਬਸੈਟ ਹੈ ਅਸਕਾਈ ਦਾ ਜਿਹੜਾ ਵੱਡਾ ਹੁੰਦਾ ਯੂਨੀਕੋਡ ਸੁਪਰਸੈਟ ਹੈ ਅਸਕਾਈ ਸਬਸੈਟ ਹੈ ਅਸਕਾਈ ਇਜ਼ ਸਬਸੈਟ ਆਫ ਯੂਨੀਕੋਡ ਔਰ ਯੂਨੀਕੋਡ ਇਜ਼ ਅ ਸੁਪਰਸੈਟ ਆਫ ਅਸਕਾਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸਕਾਈ ਇਜ਼ ਅ ਸੂਪਰਸੈਟ ਆਫ ਯੂਨੀਕੋਡ ਜਾਂ ਯੂਨੀਕੋਡ ਇਜ਼ ਅ ਸਬਸੈਟ ਆਫ ਉਸਕਾ ਇਹ ਗਲਤ ਹੋ ਜੂਗੀ ਗੱਲ ਠੀਕ ਆ ਸੋ ਇਹ ਸਾਰੀਆਂ ਲੈਂਗੁਏਜ ਦੁਨੀਆ ਦੇ ਵਿੱਚ ਯੂਨੀਕੋਡ ਨਾਲ ਰਿਪਰੈਜ਼ੈਂਟ ਕਰਦੇ ਆ ਤਾਂ ਕਰਕੇ ਜਿਹੜੀ ਆਪਣੀ ਗੁਰਮੁਖੀ ਹੈ ਫਿਰ ਯੂਨੀਕੋਡ ਦੇ ਵਿੱਚ ਹੋ ਜੂਗਾ ਜੇ ਪੰਜਾਬੀ ਦੀ ਸਕ੍ਰਿਪਟ ਆ ਤੁਹਾਨੂੰ ਪਤਾ ਹੋਣਾ ਜ਼ਿਆਦਾ ਇਹ ਵੀ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾਊਗਾ ਠੀਕ ਹੈ ਸ਼ਾਹਮੁਖੀ ਹੈ ਜਿਵੇਂ ਦੇਵਨਾਗਰੀ ਹਿੰਦੀ ਦੀ ਹੈ ਹਨਾ ਸ਼ਾਹਮੁਖੀ ਕੀਦੀ ਹੈ ਉਰਦੂ ਦੀ ਹੈ ਨਾ ਮੈਨੂੰ ਤਾਂ ਇੰਨਾ ਜ਼ਿਆਦਾ ਪਤਾ ਨਹੀਂ ਚਲ ਤੁਹਾਨੂੰ ਪਤਾ ਹੋਣਾ ਅਗਲਾ ਕੁਐਸਚਨ ਹੈ ਦੀ ਇਕੁਵਲੈਂਟ ਆਫ ਬਾਈਨਰੀ ਨੰਬਰ ਕਹਿੰਦਾ ਬਾਈਨਰੀ ਦੇ ਵਿੱਚ ਵੈਲਿਊ ਦਿੱਤੀ ਹੋਈ ਦਾ ਇਕੁਵਲੈਂਟ ਕੀ ਹੈ ਠੀਕ ਆ ਸੋ ਇਹਦੇ ਲਈ ਪਹਿਲਾਂ ਆਪਾਂ ਨੂੰ ਨੰਬਰ ਸਿਸਟਮ ਪੜ੍ਹਨਾ ਪਊਗਾ ਬਹੁਤ ਵਧੀਆ ਨੰਬਰ ਸਿਸਟਮ ਹੈ ਕੰਪਿਊਟਰ ਦੇ ਵਿੱਚ ਚਾਰ ਤਰ੍ਹਾਂ ਦੇ ਨੰਬਰ ਸਿਸਟਮ ਹੁੰਦੇ ਨੇ ਬਾਈਨਰੀ ਓਕਟਲ ਡੈਸੀਮਲ ਤੇ ਹੈਕਸ ਡੈਸੀਮਲ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਡਿਜੀਟਸ ਦੀ ਬਾਈਨਰੀ ਦੇ ਵਿੱਚ ਦੋ ਦੋ ਹੀ ਅੱਖਰ ਹੁੰਦੇ ਨੇ ਜਾਂ ਤਾਂ 0 ਹੋ ਸਕਦਾ ਜਾਂ 1 ਕੰਪਿਊਟਰ 0 1 ਦੀ ਭਾਸ਼ਾ ਸਮਝਦਾ ਜਾਂ ਬਾਈਨਰੀ ਲੈਂਗੁਏਜ ਸਮਝਦਾ ਠੀਕ ਆ ऑक्टल ਦੇ ਵਿੱਚ ਟੋਟਲ 8 ਹੁੰਦੇ ਨੇ 0 1 2 3 4 5 6 7 ਡੈਸੀਮਲ ਦੇ ਵਿੱਚ 0 ਤੋਂ ਲੈ ਕੇ 9 ਤੱਕ ਹੈਕਸ ਡੈਸੀਮਲ ਦੇ ਵਿੱਚ 0 ਤੋਂ ਲੈ ਕੇ 9 ਤੇ A ਤੋਂ ਲੈ ਕੇ F ਤੱਕ ਤੇ ਜੇ ਆਪਾਂ ਰੇਂਜ ਦੀ ਗੱਲ ਕਰੀਏ ਰੇਂਜ ਦਾ ਮਤਲਬ ਹੁੰਦਾ ਸ਼ੁਰੂ ਕਿੱਥੋਂ ਹੁੰਦਾ ਤੇ ਐਂਡ ਕਿੱਥੇ ਹੁੰਦਾ ਬਾਈਨਰੀ ਦੀ ਰੇਂਜ 0 ਟੂ 1 ਹੈ ਔਕਟਲ ਦੀ ਰੇਂਜ 0 ਟੂ 7 ਹੈ ਤੇ ਡੈਸੀਮਲ ਦੀ ਰੇਂਜ 0 ਟੂ 9 ਹੈ ਠੀਕ ਹੈ ਤੇ ਹੈਕਸਾਡੈਸਿਮਲ ਦੀ ਰੇਂਜ 0 ਟੂ 9 ਐਂਡ A ਟੂ F ਐ ਤੇ ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਤੇ ਜੇ ਨੰਬਰ ਆਫ ਡਿਜੀਟਸ ਦੀ ਗੱਲ ਕਰੀਏ ਗਿਣਤੀ ਦੇ ਵਿੱਚ ਕਿੰਨੇ ਅੱਖਰ ਨੇ ਇਹਦੇ ਵਿੱਚ 2 ਨੇ ਬਾਈਨਰੀ ਚ 8 ਨੇ ਓਕਟਲ ਦੇ ਵਿੱਚ 10 ਨੇ ਡੈਸੀਮਲ ਦੇ ਵਿੱਚ ਤੇ ਹੈਕਸਾਡੈਸਿਮਲ ਦੇ ਵਿੱਚ 16 ਨੇ ਇਸ ਨੂੰ ਹੀ ਆਪਾਂ ਬੇਸ ਜਾਂ ਰੈਡਿਕਸ ਬੋਲ ਦਿੰਦੇ ਆ ਜਿਵੇਂ ਬਾਈਨਰੀ ਦਾ 2 ਹੈ ਓਕਟਲ ਦਾ ਬੇਸ 8 ਹੈ ਡੈਸੀਮਲ ਦਾ 10 ਹੈ ਤੇ ਹੈਕਸਾਡੈਸਿਮਲ ਦਾ 16 ਹੈ ਇਹ ਟੇਬਲ ਯਾਦ ਰੱਖਣਾ ਸਕਰੀਨਸ਼ਾਟ ਲੈ ਲਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੁਸ਼ਚਨ ਪਤਾ ਕਿਵੇਂ ਪੁੱਛੂਗਾ ਬਾਈਨਰੀ ਦਾ ਬੇਸ ਕਿੰਨਾ ਹੁੰਦਾ 2 ਹੁਣ ਬੇਸ ਕੀ ਹੁੰਦਾ ਕਿਸੇ ਵੀ ਨੰਬਰ ਸਿਸਟਮ ਦੇ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਵਾਟ ਇਜ਼ ਬੇਸ ਬੇਸ ਇਜ਼ ਅ ਟੋਟਲ ਨੰਬਰ ਆਫ ਡਿਜੀਟਸ ਪ੍ਰੈਜ਼ੈਂਟ ਇਨ ਐਨੀ ਨੰਬਰ ਸਿਸਟਮ ਇਜ਼ ਨੋਨ ਐਸ ਬੇਸ ਜਿਵੇਂ ਹੁਣ ਬਾਈਨਰੀ ਚ ਦੋ ਹੀ ਅੱਖਰ ਸੀ ਤਾਂ ਬੇਸ 2 ਹੈ ਔਕਟਲ ਦੇ ਵਿੱਚ ਕਿੰਨੇ ਅੱਖਰ ਆ ਟੋਟਲ 8 ਨੇ ਤਾਂ ਬੇਸ ਕਿੰਨਾ ਹੈ ਦਾ 8 ਹੈ ਇਹਦੀ ਰੇਂਜ ਪੁੱਛ ਲੈ 0 ਟੂ 7 ਹੈ ਡੈਸੀਮਲ ਜਿਹੜਾ ਆਪਾਂ ਨੂੰ ਸਮਝ ਆਉਂਦਾ ਉਹਦੇ ਵਿੱਚ 0 ਤੋਂ ਲੈ ਕੇ 9 ਤੱਕ ਅੱਖਰ ਨੇ ਤੇ 10 ਉਹਦਾ ਕੀ ਹੈ بیسਜਾ ਰੈਡਿਕਸ بیس ਨੂੰ ਰੈਡਿਕਸ ਵੀ ਬੋਲਦੇ ਆ ਆ ਦੇਖੋ ਜਿਵੇਂ ਆਪਾਂ ਚੱਲੇ ਜਨੇ ਆ 8 9 10 ਆਪਾਂ ਲਿਖ ਦਿੰਨੇ ਆ 10 ਨਹੀਂ ਹੁੰਦਾ ਇਹ ਜਿਵੇਂ 0 ਤੋਂ ਲੈ ਕੇ ਹੈਗੇ ਤਾਂ ਇਹਦੇ ਵਿੱਚ 9 ਤੱਕ ਕੀ ਡਿਜੀਟ ਹੈ ਜਦੋਂ 9 ਪਹੁੰਚ ਗਿਆ 9 ਤੋਂ ਬਾਅਦ ਕੀ ਹੋ ਜਾਂਦਾ 0 ਆ ਜਾਂਦਾ 9 ਤੋਂ ਬਾਅਦ 0 ਆ ਗਿਆ ਇੱਕ ਕੈਰੀ ਆ ਗਿਆ ਫਿਰ 1 ਆ ਗਿਆ ਇੱਕ ਕੈਰੀ ਇੱਕ ਦੇ ਨਾਲ 2 ਆ ਗਿਆ ਕੈਰੀ ਆਹ ਕੈਰੀ ਉਮੀ ਚੱਲੀ ਜਾਂਦਾ ਦੇਖੋ ਜਦੋਂ ਆਪਾਂ ਇੱਥੇ ਪਹੁੰਚ ਗਏ 9 ਤੇ 9 ਤੋਂ ਬਾਅਦ ਫਿਰ 0 ਆਊਗਾ ਇੱਕ ਕੈਰੀ ਪਹਿਲਾਂ ਪਏ ਇੱਕ ਕੈਰੀ ਹੋਰ ਜੋੜਦੇ ਆਗੇ ਤਾਂ 20 ਹੋ ਜਾਊਗਾ ਐਂ ਚੱਲਦਾ ਸਿਸਟਮ ਇਹ ਠੀਕ ਆ ਪਰ ਆਪਾਂ ਨੂੰ ਠੀਕ ਹੈ ਜਿਵੇਂ ਚੱਲ ਰਹੇ ਆ ਕੋਈ ਗੱਲ ਨਹੀਂ ਸੋ ਇਹ ਜਿਹੜੇ ਹੈਗੇ ਨੇ ਤੇ ਬਹੁਤ ਇੰਪੋਰਟੈਂਟ ਆ ਕੁਐਸਚਨ ਪੁੱਛਿਆ ਜਾ ਸਕਦਾ ਇਹਦੇ ਚੋਂ ਤੇ ਹੁਣ ਆਪਾਂ ਅੱਗੇ ਦੇਖਦੇ ਆਂ ਵੀ ਇਸ ਨੂੰ ਕਨਵਰਜਨਾ ਕਿਵੇਂ ਕਰਦੇ ਨੇ ਬੜਾ ਸੌਖਾ ਤਰੀਕਾ ਦੱਸੂਗਾ ਤੁਹਾਨੂੰ ਮੈਂ 8421 ਮੈਥਡ ਆਪਾਂ ਲਾਵਾਂਗੇ ਕੋਈ ਵੀ ਨੰਬਰ ਦਿੱਤਾ ਹੋਊਗਾ ਜਿਵੇਂ ਆਹ ਨੰਬਰ ਦਿੱਤਾ ਹੈ 11011 ਆਪਾਂ ਕੋਈ ਹੋਰ ਐਗਜ਼ਾਮਪਲ ਲੈ ਲੈਂਦੇ ਆ ਤੁਸੀਂ ਦੇਖਿਓ ਟਰਾਈ ਕਰਕੇ ਕੋਈ ਵੀ ਵੈਲਿਊ ਹੈ 10010 ਆ ਵੈਲਿਊ ਹੈ ਤਾਂ ਸ਼ੁਰੂ ਕਰਾਂਗੇ ਸੱਜੇ ਪਾਸਿਓਂ 1 2 4 8 16 ਜਿੱਥੇ-ਜਿੱਥੇ 0 ਹੈ ਇਹਨਾਂ ਨੂੰ ਕੈਨਸਲ ਕਰ ਦਾਂਗੇ ਕ੍ਰੋਸ ਮਾਰ ਦਾਂਗੇ ਤੇ ਜਿੱਥੇ-ਜਿੱਥੇ 1 ਸੀਗਾ ਉਹਨਾਂ ਨੂੰ ਜੋੜ ਲਾਂਗੇ 16 ਦੇ ਵਿੱਚ 2 ਜੋੜਾਂਗੇ ਇਹਦਾ ਆਨਸਰ ਬਣ ਜੂਗਾ 18 ਕਲੀਅਰ ਹੋਈ ਗੱਲ 18 ਬਣ ਜੂਗਾ بیس 10 ਕਿਉਂਕਿ ਡੈਸੀਮਲ ਹੈ ਨਾ ਡੈਸੀਮਲ ਦਾ ਆਹੀ بیس ਹੁੰਦਾ ਜਿਹੜਾ ਪੈਰ 'ਚ ਲਿਖਿਆ ਜਾਂਦਾ ਇਹਨੂੰ ਰੈਡਿਕਸ ਜਾਂ بیس ਬੋਲਦੇ ਆਂ ਤਾਂ بیس 2 ਹੈ ਡੈਸੀਮਲ 'ਚ ਬਾਈਨਰੀ ਦਾ ਇਕੁਇਵਲੈਂਟ ਉਹਦਾ ਬਾਈਨਰੀ ਨੰਬਰ ਬਾਈਨਰੀ ਇਕੁਇਵਲੈਂਟ ਦੇ ਆ ਪੁੱਛ ਰਿਹਾ ਡੈਸੀਮਲ ਦੇ ਵਿੱਚ ਹੈ ਇੱਕ ਐਗਜ਼ਾਮਪਲ ਹੋਰ ਕਰਾਵਾਂ ਜਿਵੇਂ 110 10 0 ਇਹ ਲੈ ਲੈਨੇ ਇੱਕ ਹੋਰ ਲੈ ਲੈਨੇ ਸ਼ੁਰੂ ਕਰਾਂਗੇ ਸੱਜੇ ਪਾਸਿਓਂ 1 2 4 8 16 32 64 ਅੱਗੇ ਦੀ ਅੱਗੇ ਜਾਈ ਜਾਣਾ ਚਾਹਣ ਤੋਂ ਬਾਅਦ 128 256 512 1024 2048 4096 8192 ਹਨਾ ਚਲੋ ਇੱਥੇ ਤੱਕ ਆਪਾਂ ਨੂੰ ਲੋੜ ਨਹੀਂ ਆਪਾਂ ਨੂੰ ਪੁੱਛੂਗਾ 256 ਜਾਂ 512 ਤੱਕ ਤਾਂ ਕੋਈ ਵੀ ਔਖਾ ਕੰਮ ਨਹੀਂ ਡਰਨਾ ਨਹੀਂ ਬਹੁਤ ਸਾਰੇ ਸਟੂਡੈਂਟ ਡਰਦੇ ਵੀ ਇਹ ਚੀਜ਼ਾਂ ਨਹੀਂ ਆਉਂਦੀਆਂ ਨਹੀਂ ਤੁਸੀਂ ਇਹ ਮੰਨ ਕੇ ਚੱਲੋ ਵੀ ਕੁਝ ਵੀ ਨਹੀਂ ਹੈਗੀਆਂ ਯਾਰ ਇਹ ਪੇਪਰ ਕਲੀਅਰ ਕਰਾਉਣੀਆਂ ਚੀਜ਼ਾਂ ਆਪਣੀਆਂ ਕੀ ਕੀ ਛੱਡੀ ਜਾਵਾਂਗੇ ਜੇ ਅਸੀਂ ਆਪ ਹੀ ਛੱਡ ਕੇ ਜਾਈ ਜਾਵਾਂਗੇ ਤਾਂ ਸਾਡਾ ਪੇਪਰ ਕਿਵੇਂ ਕਲੀਅਰ ਹੋਊਗਾ ਉੱਪਰ ਉਹ 네ਗਟਿਵ ਮਾਰਕਿੰਗ ਆ ਜਾਂਦੀ ਹੈ ਜਿਹੜੇ ਤੁੱਕੇ ਤੁੱਕਿਆਂ ਵਾਲੇ ਹੁੰਦੇ ਐ ਤੁੱਕਮ ਤੁੱਕੀ ਹੋ ਜਾਂਦੇ ਆਪਾਂ ਉੱਥੇ ਤਾਂ ਉਹ ਨੰਬਰ ਕੱਟੇ ਜਾਂਦੇ ਐ ਤਾਂ ਇਹ ਤਾਂ ਐਡਾ ਸਵਾਦ ਆਊਗਾ ਜੇ ਤੁਹਾਨੂੰ ਮੈਥਡ ਆਉਣ ਲੱਗ ਗਿਆ ਤਾਂ ਤੁਸੀਂ ਕੁੱਤੀਆਂ ਕੰਨਾਂ ਦੇ ਜੜਾ ਦੇਵਾਂਗੇ ਜਿਵੇਂ ਪੰਜਾਬ ਪੁਲਿਸ ਵਾਲਿਆਂ ਨੇ ਕੁੱਤੀਆਂ ਕੰਨਾਂ ਦੇ ਉਵੇਂ ਆਪਾਂ ਕਲੈਰੀਕਲ ਦੇ ਪੇਪਰ ਦੇ ਵਿੱਚ ਵੀ ਇਹੀ ਕੰਮ ਕਰਨਾ ਠੀਕ ਆ ਸੋ ਕੁਐਸਚਨ ਥੋੜਾ ਮੈਂ ਨਹੀਂ ਫਸਣਦਾ ਮੈਂ ਬੈਠਾ ਪਰ ਇਹ ਆ ਵੀ ਤੁਸੀਂ ਚੀਜ਼ਾਂ ਨੂੰ ਧਿਆਨ ਨਾਲ ਪਿਆਰ ਨਾਲ ਸੁਣੋ ਤਾਂ ਸਹੀ ਇਹ ਨਾ ਹੋਵੇ ਵੀ ਤੁਸੀਂ ਆਪਦੇ ਮਨ 'ਚ ਪਹਿਲਾਂ ਹੀ ਅੰਕਾਂ ਜੜਾ ਲੀਆਂ ਵੀ ਯਾਰ ਇਹ ਨਹੀਂ ਕਰਨਾ ਛੱਡ ਦਿੰਨੇ ਆ ਮੈਂ ਕਹਿੰਦਾ ਕੰਪਿਊਟਰ ਔਖਾ ਨਹੀਂ ਹੈਗਾ ਪੰਜਾਬੀ 'ਚ ਕਰਾਉਂਗਾ ਮੈਂ ਸਿੱਧੇ ਤਰੀਕੇ ਨਾਲ ਕਰਾਉਂਗਾ ਠੇਠ ਪੰਜਾਬੀ 'ਚ ਕਰਾਉਂਗਾ ਹੁਣ ਸਟੇਟਮੈਂਟਾਂ ਦਾ ਮੈਂ ਪੰਜਾਬੀ 'ਚ ਲਿਖ ਨਹੀਂ ਸਕਦਾ ਦੇਖੋ ਇਹ ਮੇਰੀ ਦਿੱਕਤ ਹੈ ਟਾਈਪਿੰਗ ਮੈਨੂੰ ਆਉਂਦੀ ਨਹੀਂ ਪਰ ਮੈਂ ਬੋਲਣਾ ਮੈਨੂੰ ਪੰਜਾਬੀ ਜੀ ਆਉਂਦਾ ਅੰਗਰੇਜ਼ੀ ਮੈਨੂੰ ਵਾੜੀ ਆਉਂਦੀ ਨਹੀਂ ਠੀਕ ਆ ਤਾਂ ਇੰਨਾਂ ਚੀਜ਼ਾਂ ਤੋਂ ਡਰਨਾ ਨਹੀਂ ਪਹਿਲਾਂ ਡਰ ਕੱਢ ਕੇ ਚੱਲੋ ਵੀ ਜਿਹੜੀ ਚੀਜ਼ ਔਖੀ ਆ ਆਹ ਕੁਐਸਚਨ ਦੇ ਵਿੱਚ ਤੁਹਾਡਾ ਕੰਪੀਟੀਸ਼ਨ ਹੀ 10 15% ਤੁਹਾਡਾ ਕੰਪੀਟੀਟਰ ਹੋਣਗੇ ਜ਼ਿਆਦਾਤਰ ਇਹੋ ਜਿਹੇ ਕੁਐਸਚਨਾਂ ਨੂੰ ਬੰਦੇ ਛੱਡਣਗੇ ਵੀ ਕੋਈ ਗੱਲ ਨਹੀਂ ਇੱਕ ਕੁਐਸਚਨ ਹੀ ਆ ਛੱਡ ਦਨੇ ਨਹੀਂ ਆਇਆ ਨਹੀਂ ਸਹੀ ਇੱਥੋਂ ਤਾਂ ਨੰਬਰ ਕੁੱਟਨੇ ਆ ਹੋਰ ਨੰਬਰ ਆਪਾਂ ਕਿੱਥੋਂ ਕੁੱਟਾਂਗੇ ਯਾਰ ਤਾਂ ਕੰਪਿਊਟਰ ਦੇ ਵਿੱਚ ਭੁੱਲ ਜੋ ਵੀ ਕੋਈ ਔਖੀ ਚੀਜ਼ ਆ ਸਾਰਾ ਕੁਝ ਸੌਖਾ ਥੋੜਾ ਭਰਾ ਵਟਾ ਤੁਹਾਡੇ ਨਾਲ ਟੈਨਸ਼ਨ ਨਹੀਂ ਲੈਣੀ ਚੀਜ਼ਾਂ ਨੂੰ ਦੋ ਵਾਰੀ ਦੇਖੋ ਚਾਰ ਵਾਰੀ ਦੇਖੋ ਪੰਜ ਵਾਰੀ ਦੇਖੋ ਬਾਰੀ-ਬਾਰੀ ਦੇਖੋ ਜਿਹੜੀਆਂ ਔਖੀਆਂ ਨੇ ਮੱਥਾ ਉਹਨਾਂ ਚੀਜ਼ਾਂ ਦੇ ਨਾਲ ਲਾਓ ਪਹਿਲਾਂ ਜਿਹੜੀਆਂ ਔਖੀਆਂ ਨੇ ਸੌਖੀਆਂ ਦੇ ਵਿੱਚ ਤਾਂ ਯਾਰ ਕੰਪੀਟੀਸ਼ਨ ਇੰਨਾ ਕੁ ਜ਼ਿਆਦਾ ਅਸੀਂ ਸਲੀ ਮਿਸਟੇਕ ਕਰ ਦਾਂਗੇ ਉੱਥੇ ਜਿਹੜੀ ਚੀਜ਼ ਸੌਖੀ ਹੈ ਸਾਨੂੰ ਆਨਸਰ ਆਉਂਦਾ ਹੋਇਆ ਬੀ ਆਨਸਰ ਅਸੀਂ ਸੀ ਲਾਵਾਂਗੇ ਚੱਕ ਕੇ ਕਿਉਂ ਕਿਉਂਕਿ ਅਸੀਂ ਸਲੀ ਮਿਸਟੇਕ ਕਰਨ ਦੇ ਆਦੀ ਆ ਠੀਕ ਹੈ ਸੋ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਔਖਾ ਔਖਾ ਜ਼ਿੰਦਗੀ 'ਚ ਕੁਝ ਨਹੀਂ ਹੈਗਾ ਜਿਹਨੂੰ ਜ਼ਿੰਦਗੀ 'ਚ ਪੈਦਾ ਹੋਵੇ ਜੰਮ ਪੇ ਤਾਂ ਹਰ ਇੱਕ ਗੋਸ਼ੀ ਪੋਸੀਬਲ ਹੈ ਮੈਂ ਤੁਹਾਡੇ ਸਾਹਮਣੇ ਬਠਾ ਕੰਪਿਊਟਰ ਤਾਂ ਯਾਰ ਕੰਪਿਊਟਰ ਹੈ ਮੇਰਾ ਹਨਾ ਸੋ ਮੈਂ ਵੀ ਸੋਚਦਾ ਸੀ ਮੈਨੂੰ ਔਖਲਾ ਦਾ ਮੈਂ ਵੀ ਤੁਹਾਡੇ ਵਾਂਗੂ ਪਿੰਡਾਂ ਚੋਂ ਉੱਠ ਕੇ ਆਏ ਆ ਆਪਾਂ ਯਾਰ ਆਪਾਂ ਐਡਾ ਕਿਹੜਾ ਆਪਾਂ ਕੋਈ ਸ਼ੌਕਾਰਾਂ ਜਾਂ ਬਾਹਲੇ ਤਗੜੇ ਪੜੇ ਲਿਖੇ ਆ ਪਰ ਇਹ ਆ ਵੀ ਕੰਟੀਨਿਊਸਲੀ ਐਫਰਟ ਕਰੀ ਗਏ ਜਿਵੇਂ ਕਹਿੰਦੇ ਪਹਾੜ ਉਹ ਮਾਂਜੀ ਰਿਹਾ ਪਹਾੜ ਕੱਟਾ ਥੋੜਾ 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 ਕੱਟਿਆ ਗੱਟਿਆ ਗੱਟਿਆ ਕੱਟਿਆ ਕੱਟਿਆ ਐ ਕਰਕੇ ਸਾਰਾ ਪਹਾੜ ਕੱਟ ਕੇ ਰਸਤਾ ਕੱਢ ਕੇ ਲੈ ਗਿਆ ਵੇ ਜੀ ਉਹੀ ਕੰਮ ਆਪਾਂ ਕਰਨਾ ਹੈ ਸਮਾਂ ਬਹੁਤ ਹੈ ਪਹਾੜ ਕੱਟਿਓ 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 ਪਤਾ ਹੀ ਨਹੀਂ ਲੱਗਣਾ ਕੀ ਹੋ ਗਿਆ ਰਸਤਾ ਬਣ ਗਿਆ ਹਨਾ ਸੋ ਇਸ ਤਰ੍ਹਾਂ ਕਰਨਾ ਚੀਜ਼ਾਂ ਨੂੰ ਮੈਥਡ ਆਪਾਂ ਕਰ ਰਹੇ ਸੀ ਦੁਬਾਰੇ ਦੱਸ ਦੇਣਾ ਥੋੜੀ ਜੀ ਡੋਜ਼ ਦੀ ਮੈਨੂੰ ਲੱਗਿਆ ਵੀ ਲੋਡ ਹੈ ਇਹ ਤੁਸੀਂ ਟੈਨਸ਼ਨ ਆਉਂਗੇ ਤਾਂ ਜ਼ੀਰੋ ਵਾਲਿਆਂ ਨੂੰ ਕ੍ਰਾਸ ਕਰ ਦਾਂਗੇ ਤੇ ਜਿੱਥੇ ਜਿੱਥੇ 1 ਹੈਗਾ ਉਹਨਾਂ ਨੂੰ ਜੋੜ ਲਾਂਗੇ 64 ਦੇ ਵਿੱਚ 32 ਜੋੜਾਂਗੇ 32 ਦੇ ਵਿੱਚ 8 ਜੋੜਾਂਗੇ 8 ਦੇ ਵਿੱਚ 1 ਜੋੜਾਂਗੇ ਤਾਂ ਸੌਖਾ ਜੋੜਨ ਦਾ ਤਰੀਕਾ ਕੀ ਹੈ ਤੇ 32 ਦੇ ਵਿੱਚ 8 ਜੋੜਾਂਗੇ 40 ਦੇ ਵਿੱਚ 64 ਜੋੜਾਂਗੇ 60 ਤੇ 40 100 104 ਤੇ 1 105 ਡੈਸੀਮਲ ਚ ਆ ਗਿਆ ਦੇਖੋ ਸੌਖਾ ਕੰਮ ਹੈ ਨਾ ਹੋਰ ਕਰਾ ਦੇਣਾ ਇੱਕ ਦੋ 11001 124816 ਜ਼ੀਰੋਆਂ ਵਾਲੇ ਕੈਨਸਲ ਕੀਤੇ 16 ਤੇ 8 24 ਤੇ 1 25 ਆ ਗਿਆ ਠੀਕ ਹੈ ਹੁਣ ਵੀਡੀਓ ਨੂੰ ਪਾਉਜ਼ ਕਰਕੇ ਇਹਦਾ ਕੱਢ ਕੇ ਦੇਖੋ ਆਪੇ ਆਨਸਰ ਲਾ ਕੇ ਦੇਖੋ ਕੀ ਤੁਹਾਡਾ ਠੀਕ ਬਣਦਾ ਹੈ ਕਿ ਨਹੀਂ ਮੈਥਡ ਤੁਹਾਨੂੰ ਸਮਝ ਆ ਗਿਆ ਹੁਣ ਉਹਨੇ ਚਿਰਚ ਮੈਂ ਇੱਕ ਇੱਕ ਐਗਜ਼ਾਮਪਲ ਹੋਰ ਕਰਾ ਦੇਣਾ ਜਿਨ੍ਹਾਂ ਨੂੰ ਸਮਝ ਆ ਗਈ ਉਹ ਕੁਐਸਚਨ ਕੱਢੋ ਜਿਨ੍ਹਾਂ ਨੂੰ ਨਹੀਂ ਸਮਝ ਆ ਇੱਕ ਐਗਜ਼ਾਮਪਲ ਹੋਰ ਦੇਖ ਲੈਣੇ ਆ 101010 ਸ਼ੁਰੂ ਹਮੇਸ਼ਾ ਹੀ ਸੱਜੇ ਪਾਸੇ ਕਰਨਾ ਇਧਰੋਂ ਨਹੀਂ ਕਰਨਾ ਤੇ ਵਿੱਚ ਸਕਿਪ ਨਹੀਂ ਕਰਨਾ ਇੱਕ ਇੱਕ ਨੂੰ ਦੋ ਨਾਲ ਕੀ ਹੋਣਾ ਕੀਤਾ 2 2 ਨੂੰ ਦੋ ਨਾਲ ਗੁਣਾ ਕੀਤਾ 4 4 ਨੂੰ ਦੋ ਨਾਲ ਗੁਣਾ ਕੀਤਾ 8 8 ਨੂੰ 2 ਨਾਲ ਗੁਣਾ ਕੀਤਾ 16 16 ਨੂੰ 2 ਨਾਲ ਗੁਣਾ ਕੀਤਾ 32 ਅਸੀਂ ਚੱਲੀ ਜਾਊਗਾ ਅੱਗੇ ਜਿੱਥੋਂ ਕਮਰਜੀ ਗੁਣਾ ਕਰਕੇ ਲਿਜਾਈ ਜਾਓ ਤਾਂ ਜ਼ੀਰੋਆਂ ਵਾਲੇ ਕੈਨਸਲ ਤੇ 1 ਵਾਲਿਆਂ ਨੂੰ ਜੋੜ ਲਾਂਗੇ 32 ਨੂੰ ਜੋੜਾਂਗੇ ਨਿਸ਼ਾਨੀ ਲਾ ਲਿਆ ਕਰੋ 32 ਜੋੜਾਂਗੇ ਜਿੱਥੇ ਦੁਬਾਰੇ ਲਿਖ ਲਿਆ ਕਰੋ 32 ਜੋੜਾਂਗੇ 8 ਜੋੜਾਂਗੇ ਤੇ 2 ਜੋੜਾਂਗੇ 32 ਤੇ 8 40 ਤੇ 2 42 ਇਹ ਡੈਸੀਮਲ ਹੋ ਗਿਆ ਸੋ ਇਹਦਾ ਆਪਾਂ ਦੇਖੀਏ ਇੱਥੇ ਲਾ ਲੈਣੇ 1 2 4 8 16 4 ਕੈਨਸਲ ਹੋ ਗਿਆ 16 ਤੇ 8 24 ਤੇ 2 26 ਤੇ 1 27 ਐਂ ਵੜਕਾ ਦੇਈਦਾ ਆਪਾਂ ਜੇ ਤਰੀਕਾ ਆਉਂਦਾ ਹੈ ਇਹ ਸਭ ਤੋਂ ਸੌਖਾ ਕੁਸ਼ਨ ਹੈ ਕਿਉਂ ਕਿਉਂਕਿ ਤੇ ਗਲਤੀ ਨਹੀਂ ਹੋ ਸਕਦੀ ਹੋ ਸਕਦਾ ਹੈ ਥਿਊਰੀ ਚ ਆਪ ਅੱਗੇ ਪਿੱਛੇ ਹੋ ਜਾਈਏ ਪਰ ਨੰਮੈਰੀਕਲ ਅਬਿਲਿਟੀ ਦੇ ਵਿੱਚ ਤੁਸੀਂ ਪੂਰੇ ਦੇ ਪੂਰੇ ਨੰਬਰ ਲੈ ਸਕਦੇ ਹੋ ਉਵੇਂ ਹੀ ਮੈਥ ਤੋਂ ਵੀ ਡਰਨਾ ਨਹੀਂ ਠੀਕ ਆ ਸੋ ਮੈਥ ਮੈਨੂੰ ਬਹੁਤ ਵਧੀਆ ਆਉਂਦਾ ਮੇਰਾ ਬਹੁਤ ਜੀ ਕਰਦਾ ਹੈ ਮੈਂ ਤੁਹਾਨੂੰ ਮੈਥ ਸਿਖਾਵਾਂ ਬੇਸਿਕ ਤਰੀਕੇ ਨਾਲ ਹਰੇ ਇਹ ਵੀ ਹਜੇ ਸਮਾਂ ਨਹੀਂ ਹੈ ਉਹਨਾਂ ਚੀਜ਼ਾਂ ਦੇ ਲਈ ਪਹਿਲਾਂ ਕੰਪਿਊਟਰ ਦਾ ਬਹੁਤ ਸਾਰਾ ਕੰਮ ਕਰਨ ਵਾਲਾ ਪਿਆ ਪਹਿਲਾਂ ਆਪਾਂ ਕੰਪਿਊਟਰ ਦਾ ਕੰਮ ਕਰਾਂਗੇ ਫਿਰ ਮੈਂ ਮੈਥ ਮੇਰਾ ਮਨ ਬਹੁਤ ਕਰਦਾ ਵੀ ਜਿਹੜੇ ਬੰਦੇ ਮੈਥ ਤੋਂ ਡਰਦੇ ਨੇ ਵੀ ਆਪਾਂ ਡਾਰੀ ਕੱਢਨੇ ਨੇ ਠੀਕ ਆ ਸੋ ਕੋਈ ਪ੍ਰਮਾਤਮਾ ਖੈਰ ਸੁਖ ਰੱਖੇ ਕੋਈ ਸਵਾਬ ਆਵੇ ਤਾਂ ਆਪਾਂ ਜਰੂਰ ਮੈਥ ਦਾ ਵੀ ਕੰਮ ਲੈ ਕੇ ਆਵਾਂਗੇ ਠੀਕ ਆ ਅਗਲਾ ਕੁਐਸਚਨ ਹੈ ਵੇਅਰ ਡਸ ਅ ਕੰਪਿਊਟਰ ਐਡ ਐਂਡ ਕੰਪੇਅਰ ਆ ਚੀਜ਼ਾਂ ਨੂੰ ਹਾਈਲਾਈਟ ਕਰ ਲਿਆ ਕਰੋ ਤਾਂ ਕਰਕੇ ਜੇ ਕੁਐਸਚਨ ਇੱਕ ਵਾਰੀ ਆਉਂਦਾ ਵੀ ਨਹੀਂ ਛੱਡ ਗਏ ਡਾਊਟ ਲਾ ਕੇ ਛੱਡ ਗਏ ਇੱਥੇ ਬਾਅਦ ਜਾਓਗੇ ਤਾਂ ਪਤਾ ਲੱਗ ਜੂ ਵੀ ਆ ਜੀ ਮੈਂ ਦੇਖਣੀ ਐ ਕੰਪਿਊਟਰ ਐਡ ਐਂਡ ਕੰਪੇਅਰ ਕਿੱਥੇ ਕਰਦਾ ਇਹ ਆਪਾਂ ਨੂੰ ਪਤਾ ਐ 플ੋਪੀ ਚ ਨਹੀਂ ਕਰਦਾ ਹਾਰਡ ਡਿਸਕ ਚ ਨਹੀਂ ਕਰਦਾ ਮੈਮਰੀ ਚ ਨਹੀਂ ਕਰਦਾ ਸੀਪੀਯੂ ਦੇ ਵਿੱਚ ਕਰਦਾ ਠੀਕ ਐ ਆਨਸਰ ਏ ਐਗਲਾ ਬਹੁਤ ਵਧੀਆ ਕੁਐਸਚਨ ਪੁੱਛ ਲਿਆ ਉਹਨੇ ਕਿੰਨਾ ਵਿਦ ਵਿੱਚ ਆਵਦੀ ਫਾਲੋਇੰਗ ਬ੍ਰਾਂਡਸ ਊਡ ਯੂ ਆਈਡੈਂਟੀਫਾਈ ਦੀ ਫੇਮਸ ਐਡਵਰਟਾਈਜ਼ ਐਡਵਰਟਾਈਜ਼ਿੰਗ ਹੁੰਦਾ ਕਿ ਐਡਵਰਟਾਈਜ਼ਿੰਗ ਹੁੰਦਾ ਹਨਾ ਐਡਵਰਟਾਈਜ਼ਮੈਂਟ ਹੁੰਦਾ ਵਸੇ ਐਡਵਰਟਾਈਜ਼ਿੰਗ ਸਲੋਗਨ think different ਕਹਿੰਦਾ ਇਹ ਕਿਹੜੀ ਕੰਪਨੀ ਦਾ ਸਲੋਗਨ ਹੈ ਕਿ ਇਹ IBM ਦਾ ਹੈ ਵਿਪਰੋ ਦਾ ਹੈ ਕਿਸੇ ਦਾ ਨਹੀਂ Apple ਦਾ ਹੈ ਤਾਂ ਇਹ ਯਾਦ ਰੱਖਣਾ Apple ਦਾ ਹੈ ਠੀਕ ਹੈ ਆਨਸਰ ਹੈਗਾ A Apple ਦਾ ਹੈਗਾ think different ਤੇ IBM ਦਾ ਹੈਗਾ think ਠੀਕ ਹੈ ਇਹ ਸਲੋਗਨ ਹੁੰਦੇ ਨੇ ਇਹਦੇ ਤੇ ਉਹਨੇ ਕੁਐਸਚਨ ਪੁੱਛ ਲਿਆ ਤਾਂ ਇੰਨੇ ਇੱਕ ਆਪਾਂ ਯਾਦ ਕਰਾਂਗੇ ਹੋਰ ਕਿਸੇ ਦੀ ਲੋੜ ਪਈ ਸਲੋਗਨ ਦੀ ਮੈਂ ਹੋਰ ਵੀ ਕਰਾਉਂਗਾ ਹਜੇ ਆਪਾਂ ਬਹੁਤ ਸਾਰਾ ਕੰਟੈਂਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਲੈਰੀਕਲ ਤੇ ਲੈ ਕੇ ਆ ਰਹੇ ਹਾਂ ਪੁਰਾਣੇ ਕੁਐਸਚਨ ਕਰਾਵਾਂਗੇ ਗ੍ਰੈਂਡ ਸੀਰੀਜ਼ ਆਲਰੇਡੀ ਚੱਲੀ ਹੋਈ ਹੈ ਦੋ ਵੱਡੀਆਂ ਸੀਰੀਜ਼ ਤੁਸੀਂ ਦੇਖਣੀਆਂ ਨੇ ਇੱਕ ਤਾਂ ਆਫਿਸ ਪ੍ਰੋਡਕਟਿਵਿਟੀ ਟੂਲ ਵਾਲੀ ਉਹਦਾ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਦੂਸਰੀ ਹੈ ਗ੍ਰੈਂਡ ਸੀਰੀਜ਼ ਜਿਹਦੇ ਵਿੱਚ ਅਸੀਂ ਚੈਪਟਰ ਵਾਈਜ਼ ਤੇ ਲੈਵਲ ਵਾਈਜ਼ ਕੰਮ ਕਰਾ ਰਹੇ ਹਾਂ ਤੀਸਰੀ ਹੈ ਮੈਰਾਥਨ ਪੀ ਟ੍ਰਿਪਲ ਪਲੱਸ ਬੀ ਦੀ ਕੋਈ ਵੀ ਮੈਰਾਥਨ ਆਉਂਦੀ ਹੈ ਤੁਸੀਂ ਛੱਡਣੀ ਨਹੀਂ ਕਿਉਂਕਿ ਬਾਡੀ ਇੱਕੋ ਹੀ ਕੰਡਕਟ ਕਰਾ ਰਹੀ ਹੈ ਪੇਪਰ ਦਾ ਕੀ ਰਾ ਜਿਹੜਾ ਉਹੀ ਹੋਊਗਾ ਬਟ ਕਲੈਰੀਕਲ ਦੇ ਵਿੱਚ ਇਹ ਕਹਿ ਲਓ ਵੀ ਤੁਹਾਨੂੰ ਪ੍ਰਿੰਟਰ ਪ੍ਰਿੰਟਰ ਤੇ ਕੁਸ਼ਨ ਜ਼ਿਆਦਾ ਆ ਪਾਸਦਾ ਜਿਵੇਂ ਅੱਜ ਤੱਕ ਕੋਈ ਵੀ ਕੁਸ਼ਨ ਨਹੀਂ ਸੀ 2018 ਦੇ ਵਿੱਚ ਐਕਸਲ ਵਰਡ ਪਾਵਰਪੁਆਇੰਟ ਤੇ ਸਾਰਿਆਂ ਤੇ ਸੇਮ ਜੀ ਡਿਸਟ੍ਰੀਬਿਊਸ਼ਨ ਪਾ ਰਿਹਾ ਸੋ ਤੁਸੀਂ ਮੈਰਾਥਨ ਕੋਈ ਵੀ ਸਕਿਪ ਨਹੀਂ ਕਰਨੀ ਬਾਕੀ ਤੁਹਾਨੂੰ ਨੋਟਸ ਚਾਹੀਦੇ ਨੇ ਫ੍ਰੀ ਆਫ ਕਾਸਟ ਮੈਂ ਦੱਸਿਆ ਪਹਿਲਾਂ ਵੀ ਤੁਸੀਂ ਜਾ ਕੇ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਦਿਓ ਤੇ ਬਾਕੀ ਬਾਕੀ ਦੀਆਂ ਵੀਡੀਓ ਦੇਖਦੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਥੈਂਕ ਯੂ